ਕਿਤੇ ਦੋਸਤੀ ਦੇ ਵਿੱਚ ਆ ਉਹ ਕਿਤੇ ਨਹੀਂ ਆ। ਧੋਖਾ ਕਰਨ ਵਾਲੇ ਗੁਰੂ ਦੀ ਹਜ਼ੂਰੀ ਚ ਬਹਿ ਕੇ ਵੀ ਧੋਖਾ ਕਰੀਦਾ, ਗੁਰੂ ਵੀ ਤਾਂ ਸਾਡਾ ਯਾਰ ਹੀ ਆ ਨਾ। ਹੱਲੇ ਯਾਰਾ ਖੁਸ਼ ਖਬਰ, ਉਹ ਵੀ ਸਾਡਾ ਯਾਰ ਹੀ ਆ। ਕਈ ਉਹਨੂੰ ਵੀ ਠੱਗੀ ਜਾਂਦੇ ਬੈਠੇ, ਉਹ ਵੀ ਇੱਕ ਯਾਰਾਂ ਦਾ ਯਾਰ ਹੈ, ਇੱਕ ਸੱਜਣਾ ਦਾ ਸੱਜਣ ਆ। ਤੇ ਜਿਹਨੇ ਸੱਜਣਤਾ ਹੀ ਨਿਭਾਈ, ਜਿਹਨੇ ਯਾਰੀ ਨਿਭਾਈ, ਉਹ ਦੁਨੀਆਂ ਦੇ ਬੰਦੇ ਅਮਰ ਹੋਏ, ਉਹਨਾਂ ਦੇ ਨਾਂ ਸਦਾ ਰਹਿਣਗੇ ਦੁਨੀਆਂ ਦੇ ਉੱਤੇ। ਸੋ ਮਨ ਬਿਰਤੀ ਇਕਾਗਰ ਕਰਕੇ ਰੱਖਿਓ, ਗੁਰੂ ਕਿਰਪਾ ਕਰੇ, ਧੰਨਵਾਦ ਹੈ ਭਾਈ ਤੁਹਾਡਾ। ਸੋ ਜਿਹਨਾਂ ਨੇ ਜਲ ਪਾਣੀ ਬਾਹਰ ਛੱਕ ਲਿਆ ਉਹ ਕਿਰਪਾ ਕਰਕੇ ਆ ਜਾਣਾ, ਤੇ ਇੱਥੇ ਜਿਹਨੇ ਮਾੜਾ ਮੋਟਾ ਬਾਹਰ ਅੰਦਰ ਜਾਣਾ ਹੈ ਉਹ ਜਾ ਸਕਦਾ, ਪਰ ਇਹ ਨਹੀਂ ਵੀ ਇਹ ਕੋਠੇ ਤੇ 15 ਉਦਾਂ ਹੀ ਬਾਡੀਗਾਰਡ ਨਾਲ ਲੈ ਜੇ। ਸਾਡਾ ਸੁਭਾਅ ਨਾ ਉਹ ਚੱਲ ਉੱਠ ਤਾਂ ਉਹ ਇਕਲੇ ਜਾਣ ਦਾ 10 ਉਦਾਂ ਲੈ ਕੇ ਤੁਰ ਪਈਆਂ। ਬੀਬੀਆਂ ਨੇ ਵੇਖਿਆ ਜਾਣਾ ਇਕੱਲੀ ਨੇ ਘਰ ਹੁੰਦਾ, ਉਹ 5-7 ਉਦਾਂ ਉਦਾਂ ਮਨ ਬਣਾ ਲੈਂਦੀ ਬੈਠੀ ਬੈਠੀ ਚੱਲੀਏ ਘਰ ਨੂੰ। ਇਸ ਕਰਕੇ ਭਾਈ ਖਾਲੀ ਨਾ ਕਰਿਓ ਪੰਡਾਲ, ਜਿੰਨੇ ਜਾਣਾ ਹੋਵੇ ਜਾ ਸਕਦਾ, ਇਕੱਲਾ ਇਕੱਲਾ ਕਰਕੇ ਜਾਇਓ ਤੇ ਲੰਗਰ ਪਾਣੀ ਛਕੋ। ਪਰ ਜਿੰਨਾ ਸਮਾਂ ਆਪਾਂ ਬਹਿਣਾ ਗੁਰੂ ਦੇ ਪੰਡਾਲ ਦੇ ਵਿੱਚ ਮਨ ਬਿਰਤੀ ਇਕਾਗਰ ਕਰਕੇ ਪਿਓ। ਇੱਕ ਵਾਰ ਸਾਰੀ ਸੰਗਤ ਹੱਥ ਜੋੜ ਕੇ ਆਖੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਲਾ। ਇੱਕ ਨਾ ਘਰ ਆ, ਘਰ ਦੇ ਵਿੱਚ ਸਾਹਮਣੇ ਮੰਜਾ ਡਿਠਾ ਵਾ, ਪ੍ਰਸੰਗ ਸ਼ੁਰੂ ਹੋ ਗਿਆ ਤੁਹਾਡਾ। ਘਰ ਦੇ ਵਿੱਚ ਸਾਹਮਣੇ ਮੰਜਾ ਵਾ, ਮੰਜੇ ਦੇ ਉੱਤੇ ਇੱਕ ਬੀਬੀ ਬੈਠੀ ਆ, ਗਹਿਣਿਆਂ ਦੇ ਨਾਲ ਲੱਦੀ ਹੋਈ ਆ, ਹਾਰ ਸ਼ਿੰਗਾਰ ਉਹਨੇ ਬਹੁਤ ਜ਼ਿਆਦਾ ਕੀਤਾ। ਉਸ ਘਰ ਵਿੱਚ ਉਹਦੇ ਸੱਜੇ ਤੇ ਖੱਬੇ ਬੰਨੇ ਹਲਵਾਈ ਲੱਗੇ, ਘਰ ਦੇ ਵਿੱਚ ਰੌਣਕਾਂ ਨੇ, ਲੋਕ ਲੰਘਦੇ ਤੇ ਉਸ ਬੀਬੀ ਨੂੰ ਵਧਾਈਆਂ ਦੇ ਕੇ ਜਾਂਦੇ। ਇਹਦਾ ਮਤਲਬ ਇਸ ਘਰ ਦੇ ਵਿੱਚ ਕੋਈ ਵੱਡੀ ਗੱਲ ਆ। ਇੱਕ ਬੰਨੇ ਸ਼ਾਕਾਹਾਰੀ ਤਿਆਰ ਹੋ ਰਿਹਾ ਹੈ, ਇੱਕ ਬੰਨੇ ਮਾਸਾਹਾਰੀ ਤਿਆਰ ਹੋ ਰਿਹਾ। ਪਿੰਡ ਦੇ ਵਿੱਚ ਢੋਲ ਵੱਜਦਾ, ਢੋਲ ਢੋਲ ਵਾਲਾ ਕੀ ਕਹਿੰਦਾ, ਉਹ ਕਹਿੰਦਾ ਸੁਣੋ ਸੁਣੋ ਸੁਣੋ। ਹਰ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅੱਜ ਸ਼ਾਮਾਂ ਦੀ ਸਾਰੇ ਪਿੰਡ ਦੀ ਰੋਟੀ ਚੌਧਰੀ ਸਾਹਿਬ ਦੇ ਘਰ ਆ। ਜਿਹਨੇ ਸ਼ਾਕਾਹਾਰੀ ਖਾਣਾ ਸ਼ਾਕਾਹਾਰੀ, ਜਿਹਨੇ ਮਾਸਾਹਾਰੀ ਖਾਣਾ ਮਾਸਾਹਾਰੀ, ਕਿਉਂਕਿ ਆਪਣੇ ਪਿੰਡ ਦੇ ਚੌਧਰੀ ਸਾਹਿਬ ਅੱਜ ਛਿਆਂ ਮਹੀਨਿਆਂ ਬਾਅਦ ਵਾਪਸ ਘਰ ਆ ਰਹੇ ਆ। ਢੋਲ ਵਾਲਾ ਢੋਲ ਵਜਾਵੇ ਤੇ ਮਗਰ ਨਿਗੇ ਨਿਗੇ ਨਿਆਣੇ ਨੱਚਦੇ ਜਾਣ। ਇੰਨੇ ਚਿਰ ਨੂੰ ਇੱਕ ਘੋੜ ਸਵਾਰ ਬੰਦਾ ਇਸ ਪਿੰਡ ਵਿੱਚ ਦਾਖਲ ਹੋਇਆ, ਉਹ ਘੋੜੇ ਤੇ ਚੜਿਆ ਚੜਾਇਆ ਉਸ ਘਰ ਵਿੱਚ ਚਲਾ ਗਿਆ ਜਿਸ ਘਰ ਦੇ ਵਿੱਚ ਹਲਵਾਈ ਲੱਗੇ ਸੀ। ਜਦੋਂ ਅੰਦਰ ਚਲਾ ਗਿਆ, ਘੋੜੇ ਤੋਂ ਉਤਰਿਆ, ਸਾਹਮਣੇ ਜਿਹੜੀ ਬੀਬੀ ਮੰਜੇ ਤੇ ਬੈਠੀ ਆ, ਉਹਨੇ ਆਵਾਜ਼ ਮਾਰ ਕੇ ਪੁੱਛਿਆ, ਆ ਗਿਆ ਚੌਧਰੀ ਸਾਹਿਬ, ਆ ਗਿਆ। ਮੁੰਡਾ ਕੁਝ ਬੋਲਿਆ ਨਾ, ਬੀਬੀ ਥੋੜਾ ਜਿਹਾ ਅੱਗੇ ਹੋਈ, ਮੰਜੇ ਤੋਂ ਲੱਤਾਂ ਲਮਕਾ ਕੇ ਠਾਂ ਬਹਿ ਗਈ। ਕਹਿੰਦੀ ਮੈਂ ਤੈਨੂੰ ਕੁਝ ਪੁੱਛਦੀ ਆ, ਚੌਧਰੀ ਸਾਹਿਬ ਕਿੱਥੇ ਆ, ਤੂੰ ਤੇ ਚੌਧਰੀ ਸਾਹਿਬ ਦੇ ਨਾਲ ਆਉਣਾ ਸੀ ਤੇ ਤੂੰ ਇਕੱਲਾ ਹੀ ਆ ਗਿਆ, ਵੇਖੀ ਕਿਤੇ ਐਵੇਂ ਨਾ ਕਹਿ ਦੀਆਂ ਅੱਗੇ ਵੀ ਚੌਧਰੀ ਨੇ ਅੱਜ ਆਉਣਾ ਨਹੀਂ ਆ। ਅੱਗੇ ਵੀ 3-4 ਵਾਰੀ ਸਾਡੀਆਂ ਤਿਆਰੀਆਂ ਕੀਤੀਆਂ ਕਰਾਈਆਂ ਰਹਿ ਗਈਆਂ ਤੇ ਚੌਧਰੀ ਪੈਰ ਤੇ ਨਹੀਂ ਆਉਂਦਾ ਰਿਹਾ, ਤੇ ਚੌਧਰੀ ਪੈਰ ਤੇ ਨਹੀਂ ਆਉਂਦਾ ਰਿਹਾ। ਮੁੰਡਾ ਫੇਰ ਕੁਝ ਨਾ ਬੋਲਿਆ। ਘਰ ਦੀ ਮਾਲਕਣ ਮੰਜੇ ਤੋਂ ਉੱਠ ਕੇ ਖਲੋ ਗਈ। ਇਹ ਕੁਦਰਤੀ ਦਸਤੂਰ ਆ, ਜਦੋਂ ਇੱਕ ਵਾਰੀ ਕਿਸੇ ਨੂੰ ਆਵਾਜ਼ ਦਈਏ, ਦੋ ਵਾਰੀ ਆਵਾਜ਼ ਦਈਏ ਤੇ ਅਗਲਾ ਬੋਲੇ ਨਾ, ਜਾਂ ਤੇ ਉਹ ਤੁਹਾਡੇ ਨਾਲ ਨਾਰਾਜ਼ ਹੋ ਸਕਦਾ, ਜਾਂ ਉਹ ਕਿਸੇ ਪਰੇਸ਼ਾਨੀ ਚ ਹੋ ਸਕਦਾ। ਹੁਣ ਬੀਬੀ ਤੀਸਰੀ ਵਾਰ ਮੰਜੇ ਤੋਂ ਉੱਠ ਕੇ ਖਲੋ ਗਈ। ਉਹਨੇ ਆਪਣੀਆਂ ਢਾਕਾਂ ਤੇ ਹੱਥ ਰੱਖਿਆ, ਕਹਿੰਦੀ ਬੋਲਾ ਜਾਪ ਨਾ ਹੋ ਗਿਆ, ਸੁਣਦਾ ਨੀ ਤੈਨੂੰ, ਚੌਧਰੀ ਸਾਹਿਬ ਕਿੱਥੇ ਆ, ਤੇਰਾ ਤੇ ਉਹਨਾਂ ਦੇ ਨਾਲ ਆਉਣਾ ਨਿਸ਼ਚਿਤ ਹੋਇਆ ਸੀ, ਤੂੰ ਪਹਿਲਾਂ ਹੀ ਆ ਗਿਆ ਘੋੜਾ ਭਜਾ ਕੇ। ਇੰਨੀ ਗੱਲ ਕਹਿ ਕੇ ਤੇ ਮੁੰਡੇ ਦੀਆਂ ਅੱਖਾਂ ਚੋਂ ਪਾਣੀ ਨਿਕਲ ਆਇਆ। ਬੀਬੀ ਨੇ ਦੋ ਪੈਰ ਪੁੱਟੇ, ਮੁੰਡੇ ਦੇ ਮੋਢਿਆਂ ਤੇ ਹੱਥ ਰੱਖ ਕੇ ਆਖਿਆ, ਗੱਲ ਕੀ ਆ, ਰੋਂਦਾ ਕਿਉਂ ਹੈ, ਪਰੇਸ਼ਾਨੀ ਹੈ ਕੋਈ, ਚੌਧਰੀ ਸਾਹਿਬ ਕਿੱਥੇ ਨਹੀਂ। ਜਦੋਂ ਬੀਬੀ ਨੇ ਚੌਥੀ ਵਾਰ ਇਹ ਗੱਲ ਦਰਾਈ, ਮੁੰਡਾ ਉਸ ਬੀਬੀ ਦੇ ਗਲ ਲੱਗ ਕੇ ਤੇ ਭੁੱਬੀ ਰੋਣ ਲੱਗ ਪਿਆ। ਬੀਬੀ ਦਾ ਦਿਲ ਧੜਕਿਆ, ਉਹਨੇ ਦੇ ਲੱਕ ਤੇ ਹੱਥ ਫੇਰ ਕੇ, ਪਿੱਠ ਤੇ ਹੱਥ ਫੇਰ ਕੇ ਆਖਿਆ, ਮੇਰਾ ਮਾਂ ਜਾਇਆ, ਮੇਰਾ ਵੀਰ, ਮੇਰਾ ਸ਼ਿੰਦਾ ਪੁੱਤ, ਪਛਾਓ ਕੀ ਗੱਲ ਆ, ਰੋਂਦਾ ਕਿਉਂ ਹੈ, ਚੌਧਰੀ ਸਾਹਿਬ ਕਿੱਥੇ ਨੇ। ਤੇ ਮੁੰਡੇ ਨੇ ਉੱਚੀ ਸਾਰੀ ਡਾਡ ਮਾਰ ਕੇ ਆਖਿਆ, ਭੈਣਾ ਚੌਧਰੀ ਹੁਣ ਕਦੀ ਨਹੀਂ ਆਵੇ, ਕਦੀ ਨਹੀਂ ਆਵੇ।
उस बीबी ने गलमे तो घुट के फड़ के आखा होश चा कहिंदा हां मैं होश विच आ बंद करो ये हलवाई पैन अपना हार शिंगार लाके पासे रख दे जिहदे लई तू हार शिंगार कीता है वह हार शिंगार वेखण वाला दुनिया ते रहा ही बीबी ने गोड़ पुंजे मुद्दे मारे उन्हें उच्ची सारी डाड मारी सारे पिंड वालिया ने सुनी सारा पिंड भज के इकट्ठा होया की होया कहिंदे चौधरी मर गया चौधरी मर गया अज्ज चौधरी ने छिया महीनिया बाद घर आना सी गड्डे तैयार किए गए सारा टब्बर गड्डिया च बैठा घोड़े वाहो ताई भजे ए सारा टब्बर इकट्ठा होके ते दरबार साहब की परिक्रमा च आ गया तुसी आखोगे मरिया ते चौधरी दे टब्बर दरबार साहब की परिक्रमा च की करदा अगे सुन लो ए सारा टब्बर दरबार साहब की परिक्रमा दे विच आया मगर मगर बंदे भजे जांदे ओहदे अखां दा कज्जल चोके ओहदियां गल्लां तक आ चुका सी ਉਹ ਅੱਗੇ ਅੱਗੇ ਭੱਜੀ ਜਾਂਦੀ ਹੈ ਦਰਬਾਰ ਸਾਹਿਬ ਦੀ ਸਰਦਲ ਤੋਂ ਟੱਪੀ ਹੁਣ ਉਹ ਦਰਬਾਰ ਸਾਹਿਬ ਦੇ ਪੁਲ ਦੇ ਉੱਤੇ ਭੱਜੀ ਜਾਂਦੀ ਆ ਤੁਸੀਂ ਆਖੋਗੇ ਮਰਿਆ ਤੇ ਚੌਧਰੀ ਆ ਬੀਬੀ ਦਰਬਾਰ ਸਾਹਿਬ ਦੇ ਪੁਲ ਤੇ ਕੀ ਕਰੀ ਜਾਂਦੀ ਆ ਅੱਗੇ ਸੁਣ ਉਹ ਦਰਬਾਰ ਸਾਹਿਬ ਦੇ ਪੁਲ ਦੇ ਉੱਤੇ ਭੱਜੀ ਜਾਵੇ ਮਗਰ ਉਹਦਾ ਪਰਿਵਾਰ ਭੱਜਾ ਆਵੇ ਜਿੰਨੇ ਚਿਰ ਨੂੰ ਬੀਬੀ ਦਰਬਾਰ ਸਾਹਿਬ ਦੀ ਸਰਦਲ ਤੇ ਗਈ ਜੋ ਦ੍ਰਿਸ਼ ਉਹਨੇ ਅੰਦਰ ਤੱਕਿਆ ਉਹਨੇ ਉਹਦੇ ਪੈਰਾਂ ਹੇਠੋਂ ਜ਼ਮੀਨ ਕੱਢ ਦਿੱਤੀ ਚੌਧਰੀ ਅੰਦਰ ਮੰਜੇ ਤੋਂ ਅੱਧਾ ਥੱਲੇ ਲਮਕਿਆ ਸੀ ਸਿਰ ਕੋਈ ਨਹੀਂ ਸੀ ਹੈਗਾ ਉਹਦੇ ਧੜ ਦੇ ਉੱਤੇ ਮੱਖੀਆਂ ਭਿਣ ਭਣਾ ਰਹੀਆਂ ਸੀ ਇਹ ਕੌਣ ਆ ਇਹਦਾ ਪਿੰਡ ਆ ਮੰਡਿਆਲਾ ਉਹ ਚੱਬੇ ਦੇ ਲਾਗੇ ਵਰਪਾਲਾਂ ਤੋਂ ਚੱਬਾ ਚੱਬੇ ਦੇ ਨੇੜੇ ਜਦੋਂ ਬੋੜੂ ਵਾਲੇ ਪਾਸੇ ਨੂੰ ਚਲੇ ਜਾਈਏ ਇਸ ਬੰਦੇ ਦਾ ਪਿੰਡ ਆ ਮੰਡਿਆਲਾ ਇਹਦਾ ਨਾਮ ਆ ਮਸਾਲ ਉਲ ਦੀਨ ਛੋਟੇ ਨਾਂ ਨਾਲ ਸੀ ਇਹਨੂੰ ਮਸਾ ਰੰਗੜ ਕਹਿ ਕੇ ਯਾਦ ਕਰਦੇ ਆ ਗਈ ਕਹਾਣੀ ਨੇੜੇ ਅੱਜ ਉਹਨੇ ਛਿਆ ਮਹੀਨਿਆਂ ਬਾਅਦ ਦਰਬਾਰ ਸਾਹਿਬ ਦੇ ਅੰਦਰੋਂ ਛੁੱਟੀ ਲੈ ਕੇ ਆਪਣੇ ਪਿੰਡ ਮੰਡਿਆਲੇ ਜਾਣਾ ਸੀ ਤੇ ਜਿੱਦਣ ਉਹਨੇ ਘਰ ਜਾਣਾ ਸੀ ਉਦਣ ਉਹਦਾ ਸਿਰ ਵੱਢ ਕੇ ਵੱਢਣ ਵਾਲਿਆਂ ਨੇ ਨੇਜੇ ਦੀ ਨੋਕ ਤੇ ਟੰਗਿਆ ਮਸੇ ਦੀ ਬੇਗਮ ਰੱਜ ਕੇ ਰੋਈ ਕਿਉਂਕਿ ਮੱਸੇ ਰੰਗੜ ਦੀ ਮੌਤ ਤੱਕ ਪ੍ਰਸੰਗ ਤੁਸੀਂ ਸਾਰਿਆਂ ਹੀ ਸੁਣਿਆ ਪਰ ਉਸ ਤੋਂ ਅੱਗੇ ਕੀ ਹੋਇਆ ਹੈ ਇੱਕ ਯਾਰ ਨੇ ਇੱਕ ਇਤਿਹਾਸ ਲਿਖਣਾ ਹੈ ਇੱਕ ਯਾਰ ਨੇ ਆਪਣੀ ਯਾਰੀ ਤੋਂ ਕੁਰਬਾਨ ਜਾਣਾ ਹੈ ਉਹ ਦਾਸਤਾਂ ਇਸ ਤੋਂ ਅੱਗੇ ਸ਼ੁਰੂ ਹੋਣੀ ਮੈਂ ਤੁਹਾਡੇ ਚਰਨਾਂ 'ਚ ਉਹ ਬਿਣੇ ਕਰਨ ਲੱਗਾ ਮੱਸੇ ਦੀ ਬੇਗਮ ਰੱਜ ਕੇ ਰੋਈ ਭੁੱਬਾਂ ਮਾਰੀਆਂ ਧਾਹਾਂ ਮਾਰੀਆਂ ਕਹਿੰਦੀ ਇਨਸਾਫ ਚਾਹੀਦਾ ਸਲਾਹ ਦੇਣ ਵਾਲੇ ਆਖਿਆ ਜੀ ਇਨਸਾਫ ਚਾਹੀਦਾ ਤੇ ਗੱਡਾ ਲਿਆਓ ਤੇ ਮੱਸੇ ਰੰਗੜ ਦਾ ਧੜ ਜਿਹੜਾ ਚੋਕੇ ਗੱਡੇ ਚ ਰੱਖੋ ਤੇ ਸਾਰੇ ਇਕੱਠੇ ਹੋ ਕੇ ਲਾਹੌਰ ਚੱਲੀਏ ਸੂਬੇਦਾਰ ਦੀ ਕਚਹਿਰੀ ਚ ਜਾ ਕੇ ਦੁਹਾਈਆਂ ਪਾਈਏ ਤੇ ਇਨਸਾਫ ਮੰਗੀਏ ਕੁਝ ਨਾ ਕੁਝ ਖੈਰ ਤੇ ਪਊ ਮੱਸੇ ਰੰਗੜ ਦਾ ਹੋਇਆ ਕਤਲ ਦਿਨ ਦੀਲੀ ਉਹਦਾ ਵੱਢਿਆ ਗਿਆ ਸਿਰ ਮੱਸੇ ਦੀ ਬੇਗਮ ਨੇ ਮੱਸੇ ਦਾ ਧੜ ਚੁੱਕਿਆ ਰੱਖਿਆ ਗੱਡੇ ਦੇ ਵਿੱਚ ਲਾਹੌਰ ਪਹੁੰਚ ਕੇ ਸੂਬੇਦਾਰ ਜ਼ਕਰੀਆ ਖਾਨ ਦੀ ਕਚਹਿਰੀ ਵਿੱਚ ਦੁਹਾਥੜੇ ਇੰਜ ਮਾਰੇ ਸੇਦੀ ਨਾਰ ਹੋਨੇ ਲਾਲੀ ਨਾ
ਉਹਨੇ ਲਾ ਲਈ ਨੱਥ ਸੁਹਾਗ ਦੀ ਉਹਨੇ ਲਾ ਲਈ ਨੱਥ ਬਈ ਸੁਹਾਗ ਦੀ ਚੂੜਾ ਭੰਨਿਆ ਹੱਥੜਾ ਮਾਰ ਚੂੜਾ ਭੰਨਿਆ ਹੱਥੜਾ ਮਾਰ ਸਿਰੋਂ ਸ਼ਗਨਾ ਦਾ ਸਾਲੂ ਪਾੜਿਆ ਸਿਰੋਂ ਸ਼ਗਨਾ ਦਾ ਸਾਲੂ ਪਾੜਿਆ ਸਰਕਾਰ ਮੇਰਾ ਦਿਨ ਦੀਵੀ ਗਿਆ ਮਾਰਿਆ ਮੇਰਾ ਦਿਨ ਦੀਵੀ ਗਿਆ ਮਾਰਿਆ ਤੇਰੀ ਭੱਠ ਪੈ ਗਈ ਸਰਕਾਰ ਤੇਰੀ ਭੱਠ ਪੈ ਗਈ ਸਰਕਾਰ ਮੈਨੂੰ ਬਦਲਾ ਲੈ ਦੇ ਸੜਦਾ ਸੀਨਾ ਠਾਰ ਮੇਰਾ ਸੜਦਾ ਸੀਨਾ ਠਾਰ ਮੇਰਾ ਸੜਦਾ ਸੀਨਾ ਠਾਰ ਨਹੀਂ ਤਾਂ ਭਰੀ ਹੋਈ ਕਚਹਿਰੀ ਵਿੱਚ ਮੈਂ ਨਹੀਂ ਤਾਂ ਭਰੀ ਹੋਈ ਕਚਹਿਰੀ ਵਿੱਚ ਮੈਂ ਅੱਜ ਮਰ ਜੂ ਕਟਾਰੀ ਮਾਰ ਅੱਜ ਮਰ ਜੂ ਕਟਾਰੀ ਮਾਰ ਅੱਜ ਮਰ ਜੂ ਕਟਾਰੀ ਮਾਰ ਹੋ ਇੱਕ ਵਾਰ ਸਾਰੀ ਸੰਗਤ ਸੀਸ ਚੁਕਾ ਕੇ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਬਾਤਮਾ ਮਸੇ ਰੰਗੜ ਦੀ ਬੇਗਮ ਨੇ ਦੁਹਾਈ ਪਾ ਕੇ ਆਖਿਆ ਸੂਬੇਦਾਰ ਅਸੀਂ ਤਿੰਨ ਪੀੜ੍ਹੀਆਂ ਤੋਂ ਤੁਹਾਡੇ ਵਫ਼ਾਦਾਰ ਹਾਂ ਤਿੰਨ ਪੀੜ੍ਹੀਆਂ ਤੋਂ ਤੂੰ ਸਾਨੂੰ ਦੇਣ ਆਖਿਆ ਅਸੀਂ ਰਾਤ ਨੂੰ ਵੀ ਦਿਨ ਕਹਿ ਦਿੱਤਾ ਜੇ ਤੂੰ ਆਖਿਆ ਰਾਤ ਅਸੀਂ ਦਿਨ ਨੂੰ ਵੀ ਰਾਤ ਕਹਿ ਦਿੱਤਾ ਇੰਨੀ ਗੁਲਾਮੀ ਤੇਰੀ ਭੋਗੀ ਤੇ ਤੇਰੀ ਗੁਲਾਮੀ ਕਰਨ ਦਾ ਸਿਲਾ ਜੇ ਇਹ ਮਿਲਿਆ ਕਿ ਤਿਖੜ ਦੁਪਹਿਰੇ ਮੇਰੇ ਸਿਰ ਦੇ ਸਾਈਂ ਦਾ ਸਿਰ ਵੱਢ ਕੇ ਖੜਨ ਵਾਲੇ ਆਓ ਗਏ ਤੇ ਆਓ ਗਏ ਤੇ ਆਓ ਗਏ ਭੱਠ ਪਵੇ ਤੇਰਾ ਚੌਧਰ ਪੁਣਾ ਭੱਠ ਪਵੇ ਤੇਰੀ ਸੂਬੇਦਾਰੀ ਭੱਠ ਪਵੇ ਤੇਰੀ ਸਰਦਾਰੀ ਜੇ ਸਾਨੂੰ ਇਨਸਾਫ਼ ਨਹੀਂ ਮਿਲਣਾ
ਮਸੇ ਰੰਗੜ ਦੀ ਬੇਗਮ ਉਹੋ ਹੀ ਬੇਗਮ ਹੈ ਜਿਹੜੀ ਇਹਨਾਂ ਦੋਵਾਂ ਥਾਣਾ ਨੋਟ ਇਕੱਠੇ ਕਰਦੀ ਹੁੰਦੀ ਸੀ। ਮਸਾ ਜਦੋਂ ਸਰਦਾਰਾਂ ਦੇ ਸਿਰਾਂ ਦੇ ਮੁੱਲ ਪਾ ਕੇ ਘਰ ਆਉਂਦਾ ਸੀ ਤੇ ਏਦਾਂ ਪੈਸੇ ਲਿਆ ਕੇ ਫੜਾਉਂਦਾ ਸੀ ਨਾ ਬੇਗਮ ਨੂੰ, ਤੇ ਬੇਗਮ ਦੂਜੀਆਂ ਮਾਵਾਂ ਦੇ ਪੁੱਤ ਮਰਦਿਆਂ ਵੇਖ ਕੇ ਕਹਿੰਦੀ ਹੁੰਦੀ ਸੀ ਅੱਜ 10 ਹੀ ਮਰਵਾਏ, ਅੱਜ 15 ਹੀ ਮਰਵਾਏ। ਯਾਦ ਰੱਖੋ ਦੁਨੀਆਂ ਹੈ, ਜਿੰਨਾ ਚਿਰ ਆਪਣੇ ਆਪ ਨਾਲ ਬੀਤੇ ਨਾ ਉਹਨਾਂ ਚਿਰ ਪਤਾ ਵੀ ਨਹੀਂ ਕੱਖ ਲੱਗਦਾ। ਦੂਜੇ ਦੇ ਬੀਤੇ ਤੇ ਬੰਦਾ ਤਾੜੀ ਮਾਰ ਲੈਂਦਾ, ਮਰ ਚੱਲਿਆ ਕੋਈ ਗੱਲ ਨੀ, ਜਿੱਦਣ ਉਹੀ ਚੀਜ਼ ਮੈਂ ਆਪਣੇ ਨਾਲ ਬਣਾਈ ਉਹ ਸੱਚੀ ਮਰ ਚੱਲਿਆ। ਕਿਸੇ ਦੇ ਘਰ ਮੱਚੇ ਤੇ ਬਸੰਤਰ ਦੇਵਤਾ, ਆਪਣੇ ਘਰ ਮੱਚੇ ਤੇ ਅੱਗ ਦੇ ਭਾਂਬਣ, ਬੰਦੇ ਦੀ ਫਿਤਰਤ ਆ। ਕਿਸੇ ਦੇ ਘਰ ਹੋਵੇ ਕੁਝ ਤੇ ਕਿਸੇ ਤਰੀਕੇ ਨਾਲ ਵੇਖਦਾ, ਉਹ ਚੀਜ਼ ਆਪਣੇ ਘਰ ਵਾਪਰੇ ਤੇ ਬੰਦਾ ਹੋਰ ਤਰੀਕੇ ਨਾਲ ਵੇਖਦਾ। ਸਾਡੇ ਦੇਸ਼ ਅੰਦਰ ਜਦੋਂ ਨਾਦਰ ਸ਼ਾਹ ਨੇ ਹਮਲਾ ਕੀਤਾ ਨਾ, ਮੈਂ ਗੱਲ ਸਾਫ਼ ਕਰਦਿਆਂ ਵੀ ਮੱਸਾ ਰੰਗੜ ਦਰਬਾਰ ਸਾਹਿਬ 'ਚ ਕਿੱਦਾਂ ਜਾ ਕੇ ਬਹਿ ਗਿਆ, ਇਹ ਕਹਾਣੀ ਸਾਫ਼ ਹੋ ਜੂ, ਇੱਕ ਸਕਿੰਟ ਲੱਗਣਾ ਤੁਹਾਨੂੰ। ਜਦੋਂ ਨਾਦਰ ਸ਼ਾਹ ਨੇ ਸਾਡੇ ਦੇਸ਼ ਵਿੱਚ ਹਮਲਾ ਕੀਤਾ, ਉਹਨੇ ਸਾਰਾ ਦੇਸ਼ ਲੁੱਟ ਲਿਆ, ਦਿੱਲੀ ਤੱਕ ਮਾਰ ਕੀਤੀ, ਪਰ ਜਦੋਂ ਪੰਜਾਬ 'ਚੋਂ ਲੰਘਿਆ ਨਾ ਵਾਪਸ, ਤੇ ਕਦੀ ਹੋ ਨਹੀਂ ਸੀ ਸਕਦਾ ਵੀ ਬੰਦਾ ਪੰਜਾਬ 'ਚੋਂ ਸੁੱਕਾ ਲੰਘ ਜਾਵੇ, ਸਰਦਾਰ ਉਹਨੂੰ ਹਾਥੀ ਨਾ ਵਿਖਾਉਣ। ਸਰਦਾਰ ਟੁੱਟੀਆਂ ਕਿਰਪਾਨਾਂ ਤੇ ਮਰੀਅਲ ਘੋੜੇ ਲੈ ਕੇ ਨਾਦਰ ਸ਼ਾਹ ਦੇ ਗਲ ਪੈ ਗਏ, ਨਾਦਰ ਦੀਆਂ ਨਾਸਾਂ ਚੋਂ ਧੂੰਆਂ ਕੱਢ ਕੇ ਰੱਖ ਦਿੱਤਾ। ਜਿੰਨੇ ਚਿਰ ਨੂੰ ਨਾਦਰ ਸ਼ਾਹ ਲਾਹੌਰ ਪਹੁੰਚਿਆ, ਉਹਨੇ ਜ਼ਕਰੀਆ ਖਾਨ ਨੂੰ ਪੁੱਛਿਆ ਵੀ ਮੇਰੇ ਦੇ ਰਾਹ 'ਚ ਕੋਈ ਮਾਈ ਦਾ ਲਾਲ ਅੜਦਾ ਹੀ ਨਹੀਂ, ਪਰ ਆਹ ਲੰਮੇ ਲੰਮੇ ਚੋਲਿਆਂ ਵਾਲੀ ਬਲਾਵਾਂ ਕਿਹੜੀਆਂ, ਲੰਮੇ ਲੰਮੇ ਚੋਲੇ, ਵੱਡੀਆਂ ਵੱਡੀਆਂ ਸਿਰਾਂ ਤੇ ਪੱਗਾਂ, ਮੁਛਹਿਰਿਆਂ ਨੂੰ ਤਾਂ ਤੂਫਾਨ ਆਉਂਦੇ ਆ, ਝੱਖੜ ਨੂੰ ਵਾਪਸ ਮੁੜ ਜਾਂਦੇ ਆ, ਉਹ ਹੈ ਕੌਣ? ਮੇਰਾ ਰਾਹ ਰੋਕਣ ਵਾਲਾ ਮਾਂ ਨੇ ਪੁੱਤ ਪੈਦਾ ਨਹੀਂ ਕੀਤਾ, ਪਰ ਜਦੋਂ ਦਾ ਪੰਜਾਬ ਦੇ ਵਿੱਚ ਵੜਿਆ ਮੇਰੇ ਪੱਲੇ ਇਹਨਾਂ ਨੇ ਰਹਿਣ ਕੱਖ ਨਹੀਂ ਦਿੱਤਾ, ਉਹ ਹੈ ਕੌਣ? ਜ਼ਕਰੀਆ ਖਾਨ ਸਿਰ ਨੀਵਾਂ ਕਰਕੇ ਕਹਿੰਦਾ, ਜਿਹਨਾਂ ਨੂੰ ਸਿੰਘ ਕਹਿੰਦੇ ਆ, ਸਿੰਘ ਕਹਿੰਦਾ, ਸਿੰਘ ਉਹ ਕੌਣ ਹੁੰਦੇ? ਕਹਿੰਦਾ ਜੀ ਬਾਗੀ ਆ, ਹਕੂਮਤ ਦੇ ਬਾਗੀ। ਨਾਦਰ ਸ਼ਾਹ ਕਹਿੰਦਾ ਮਾਰ ਦੇ, ਖਤਮ ਕਿਉਂ ਨਹੀਂ ਕਰਦਾ ਇਹਨਾਂ ਨੂੰ, ਘਰ ਘਰ ਸਾੜ ਦੇ ਇਹਨਾਂ ਦੇ, ਘਰ ਘਾਟ ਅੱਗ ਲਾ ਦੇ ਇਹਨਾਂ ਨੂੰ। ਤੇ ਜ਼ਕਰੀਆ ਖਾਨ ਹੱਥ ਜੋੜ ਕੇ ਕਹਿੰਦਾ, ਜਨਾਬ ਕਿਹੜੇ ਘਰ ਘਾਟ ਦੀ ਗੱਲ ਕਰਦੇ ਹੋ, ਇਹ ਤੇ 6-6 ਮਹੀਨੇ ਘੋੜਿਆਂ ਦੀਆਂ ਕਾਠੀਆਂ ਦੇ ਕੱਢ ਦਿੰਦੇ ਚੁੱਪ ਕਰਕੇ, ਨਾ ਇਹ ਅੱਕਦੇ ਆ ਨਾ ਇਹ ਥੱਕਦੇ ਆ। ਕਹਿੰਦਾ ਕਿਤੇ ਉਹ ਖਾਂਦੇ ਪੀਂਦੇ ਤੇ ਹੋਣਗੇ ਨਾ, ਜਿੱਥੋਂ ਖਾਣ ਪੀਣ ਦਾ ਸਮਾਨ ਇਕੱਠਾ ਕਰਦੇ ਆ ਉਸ ਥਾਂ ਦੇ ਉੱਤੇ ਘੇਰ ਕੇ ਮਾਰ। ਕਹਿੰਦਾ ਕਿਹੜਾ ਖਾਣ ਪੀਣ? ਰੁੱਖਾਂ ਦੀਆਂ ਛਿੱਲੜਾਂ ਲਾ ਕੇ ਘਾਹ ਖਾ ਕੇ ਗੁਜ਼ਾਰਾ ਕਰਨ ਵਾਲੇ ਬੰਦੇ ਆ, ਪੱਤੇ ਖਾ ਕੇ ਇਹ ਗੁਜ਼ਾਰਾ ਕਰਨਾ, ਤੇ ਜਦਨ ਕਹਿੰਦੇ ਲੰਗਰ 'ਚ ਬਤਾਊ ਮਿਲ ਜਾਣ, ਕਹਿੰਦੇ ਬਟੇਰਾ ਭੁੰਨਿਆ। ਕਹਿੰਦਾ ਇੱਦਾਂ ਦੇ ਬੰਦੇ ਹੀ। ਕਹਿੰਦਾ ਜਦਨ ਕਹਿੰਦੇ ਛੋਲੇ ਖਾਣੇ ਪੈ ਜਾਣ, ਕਹਿੰਦੇ ਬਦਾਮ ਖਾਧਾ। ਅੱਛਾ ਕਰ, ਕਹਿੰਦੇ ਬਦਾਮ ਖਾਧੇ ਤੇ ਅਗਲੀ ਗੱਲ, ਕਹਿੰਦਾ ਅਗਲੀ ਗੱਲ ਇਹ, ਜਿੱਦਣ ਇਹਨਾਂ ਨੂੰ ਕੱਖ ਨਾ ਮਿਲੇ ਖਾਣ ਨੂੰ, ਕੁਝ ਨਾ ਮਿਲੇ, ਤੇ ਬੜੇ ਵਿਉਣਾ ਬਾਹਰ ਨਿਕਲਦੇ ਤੇ ਢਿੱਡ ਤੇ ਹੱਥ ਫੇਰ ਕੇ ਕਹਿੰਦੇ ਲੰਗਰ ਹੀ ਮਸਤਾਨਾ ਹੋ ਗਿਆ। ਕਹਿੰਦਾ ਸਾਡੀ ਜਾਣੇ ਬਲਾ ਵੀ ਮਸਤਾਨਾ ਕਿਹੜੀ ਚੀਜ਼ ਹੁੰਦੀ ਆ, ਉਹ ਪਤਾ ਨੀ ਕਿਹੜੀ ਚੀਜ਼ ਬਣਾ ਕੇ ਬਹਿ ਜਾਂਦੇ ਲੰਗਰ 'ਚ, ਜਿੱਦਣ ਕੱਖ ਨਾ ਮਿਲੇ ਉਦਣ ਲੰਗਰ ਮਸਤਾਨਾ। ਕਹਿੰਦਾ ਸਿੱਖਿਆ, ਜਦੋਂ ਇਹਨਾਂ ਜਦੋਂ ਬੰਦਾ ਜੰਮ ਪਵੇ ਉਹਦੀ ਤੇ ਵਧਾਈ ਦਿੰਦੇ, ਜਦੋਂ ਮਰ ਜੇ ਕਹਿੰਦੇ ਚੜ੍ਹਾਈ ਕਰ ਗਿਆ। ਕਹਿੰਦਾ ਸਾਡੀ ਜਾਣੇ ਬਲਾ ਵੀ ਚੜ੍ਹਾਈ ਵੀ ਕਿਸੇ ਤਰੀਕੇ ਨਾਲ ਗਏ, ਮਰੇ ਨੂੰ ਚੜ੍ਹਾਈ ਕਰ ਗਿਆ ਆਉਂਦੇ ਆ। ਨਾਦਰ ਸ਼ਾਹ ਕਹਿੰਦਾ ਫਿਰ ਇਹ ਕੌਮ ਰਾਜ ਕਰੂਗੀ, ਬਸ ਮੁੱਕਦੀ ਗੱਲ। ਜਿਹੜੇ ਲੋਕ ਇੰਨੀ ਚੜ੍ਹਦੀ ਕਲਾ 'ਚ ਰਹਿਣ ਵਾਲੇ ਬੰਦੇ ਆ, ਵੇਖੋ ਚੜ੍ਹਦੀ ਕਲਾ 'ਚ ਹੁਣ ਵੀ ਲੋਕ ਹੈਗੇ ਆ, ਜਿਹਨੇ ਰੋਈ ਜਾਣਾ ਨਾ ਉਹਨੇ ਰੋਈ ਜਾਣਾ, ਇਹ ਗੱਲ ਪੱਕੀ ਆ। ਉਹ ਕੱਖ ਤੋਂ ਲੱਖ ਦਾ ਵੀ ਕਰ ਦਿਓਗੇ ਨਾ, ਸੋਨੇ ਚਾਂਦੀ ਦੇ ਭਾਂਡਿਆਂ 'ਚ ਵੀ ਦੇ ਦੋਗੇ, ਜਿਹਨੇ ਕਲਪੀ ਜਾਣਾ ਉਹਨੇ ਕਲਪੀ ਜਾਣਾ ਬੈਠੇ, ਤੇ ਜਿਹਨਾਂ ਨੇ ਚੜ੍ਹਦੀ ਕਲਾ ਦੇ ਸ਼ੁਕਰਾਨੇ 'ਚ ਰਹਿਣਾ ਨਾ, ਉਹਨਾਂ ਨੇ ਨਲਕਿਆਂ ਦੇ ਪਾਣੀ ਪੀ ਕੇ ਵੀ ਗਾਣੇ ਗਾਉਂਦੇ ਫਿਰਨਾ, ਤੇ ਜਿਹਨਾਂ ਨੇ ਰੋਈ ਜਾਣਾ ਉਹਨਾਂ ਨੂੰ ਪਤਾ ਹੀ ਨਹੀਂ ਫਰਿੱਜ 'ਚ ਕਿੰਨੇ ਤਰ੍ਹਾਂ ਦੀਆਂ ਬੋਤਲਾਂ ਪਈਆਂ ਖਾਣ ਪੀਣ ਨੂੰ, ਵੇਖ ਵੇਖ ਕੇ ਤਾਂ ਵੀ ਕਲਪੀ ਜਾਣਾ। ਜਿਹਨਾਂ ਨੇ ਚੜ੍ਹਦੀ ਕਲਾ 'ਚ ਰਹਿਣਾ ਨਾ, ਟੁੱਟੇ ਸਾਈਕਲ 'ਤੇ ਵੀ ਗੀਤ ਗਾਈ ਜਾਣੇ ਆ, ਤੇ ਜਿੰਨਾ ਰੋਈ ਜਾਣਾ ਨਾ 50 ਲੱਖ ਦੀ ਗੱਡੀ 'ਚ ਬਹਿ ਕੇ ਵੀ ਰੱਬ ਨੂੰ ਲਾਮੇ ਮਾਰੀ ਜਾਣੇ, ਵੀ ਹੈ ਹੀ ਕੱਖ ਨਹੀਂ ਮਾਰੀ ਚੱਲੇ।
ਇਹ ਬੰਦੇ ਦੀ ਫਿਤਰਤ ਹੁੰਦੀ ਆ ਜਿਹਦੇ ਇੱਥੇ ਮੱਥੇ 'ਚ ਰੋਣਾ ਉਹਨੂੰ ਨੋਟਾਂ ਦੇ ਢੇਰ ਤੇ ਲੰਮੇ ਪਾ ਦਿਓ ਉਹਨੇ ਰੋਈ ਜਾਣਾ ਤੇ ਜਿਹਨੇ ਚੜ੍ਹਦੀ ਕਲਾ 'ਚ ਰਹਿਣਾ ਤੇ ਕੱਲ ਪੱਲੇ ਕੱਖ ਨਾ ਨਾ ਹੋਵੇ ਉਹਨੇ ਐਵੇਂ ਤੁਰੇ ਜਾਂਦੇ ਲੋਕਾਂ ਨੂੰ ਸੁਲਾ ਮਾਰੀ ਜਾਣੀ ਆ ਆਓ ਚਾਹ ਪਾਣੀ ਪੀ ਕੇ ਜਾਇਓ ਸਾਡੇ ਵੱਲੋਂ ਅਮਿੰਦਰ ਕੱਖ ਨਾ ਹੋਵੇ ਪਰ ਚੜ੍ਹਦੀ ਕਲਾ ਇੱਕ ਚੀਜ਼ ਇਹੋ ਜਿਹੀ ਆ ਬੰਦੇ ਦਾ ਚਿੱਤ ਖਿੜ ਜਾਂਦਾ ਤੇ ਹੁੰਦਿਆਂ ਸੁਣਦਿਆਂ ਮੱਥੇ ਦੇ ਸੜੇ ਆਂਦ ਰਵੇ ਤੇ ਬੰਦਾ ਕਹਿੰਦਾ ਇਹਦੇ ਲਾਗੇ ਬਹਿਣ ਦੀ ਲੋੜ ਹੀ ਕੋਈ ਨਹੀਂ ਸਾਡੀ ਕੌਮ ਚੜ੍ਹਦੀ ਕਲਾ ਵਾਲੀ ਕੌਮ ਆ ਭਾਈ ਐਵੇਂ ਨਾ ਡਿੱਗੂ ਡਿੱਗੂ ਕਰੀ ਜਾਇਆ ਕਰੋ ਬੜਾ ਕੁਝ ਤੁਹਾਨੂੰ ਗੁਰੂ ਨੇ ਦਿੱਤਾ ਪੰਥ ਖਾਲਸਾ ਗੁਰੂ ਦਸਮੇਸ਼ ਦਾ ਸੀਸ ਤਲੀ ਤੇ ਰੱਖ ਕੇ ਲੜਨ ਵਾਲਾ ਜਦੋਂ ਚੋਟਾਂ ਨਗਾਰੇ ਲਾ ਗਰਜਦਾ ਏ ਕੰਬੇ ਵੈਰੀ ਵੀ ਸਾਹਮਣੇ ਖੜਨ ਵਾਲਾ ਰਹਿਣੀ ਚੜ੍ਹਦੀ ਕਲਾ ਹੈ ਸਦਾ ਇਸ ਦੀ ਹੋ ਬਾਜਾਂ ਵਾਲਾ ਹੈ ਇਸ ਨੂੰ ਕਰਨ ਵਾਲਾ ਮੁੱਕਦੀ ਗੱਲ ਸਿਤਾਰਿਆ ਮੁੱਕ ਜਾਂਦਾ ਅੱਗੇ ਖਾਲਸੇ ਪੰਥ ਦੇ ਅੜਨ ਵਾਲਾ ਅੱਗੇ ਖਾਲਸੇ ਪੰਥ ਦੇ ਅੜਨ ਵਾਲਾ ਨਾਦਰ ਸ਼ਾਹ ਕਹਿੰਦਾ ਜ਼ਕਰੀਆ ਖਾਨ ਥੋੜਾ ਬਹੁਤਾ ਹੋਰ ਦੱਸ ਇਹਨਾਂ ਬਾਰੇ ਫਿਰ ਉਹ ਦੱਸਦਾ ਵੀ ਤੁਹਾਡੇ ਵੱਡੇ ਕਿੱਦਾਂ ਦੇ ਸੀ ਉਹ ਕਹਿੰਦਾ ਸੁਣੋ ਸਿੰਘਾਂ ਦਾ ਹਾਲ ਧਿਆਨ ਧਰ ਕੇ ਦੇਵਾਂ ਤੁੱਦ ਦੇ ਤਾਈ ਸੁਣਾ ਛਾਹ ਗੁਰੂ ਨਾਨਕ ਮਸ਼ਹੂਰ ਫਕੀਰ ਹੋਇਆ ਦਿੱਤਾ ਉਸਨੇ ਪੰਥ ਚਲਾ ਛਾਹ ਇਹ ਗੁਰੂ ਨਾਨਕ ਨੇ ਚਲਾਇਆ ਹੀ ਕਹਿੰਦਾ ਫਿਰ ਉਸੇ ਹੀ ਗੱਦੀ ਤੇ ਗੁਰੂ ਗੋਬਿੰਦ ਸਿੰਘ ਨੇ ਝੰਡਾ ਸਿਰ ਗਰਿਆਈ ਚਲਾ ਛਾਹਾ ਲਿਆ ਆਬੇ ਹਯਾਤ ਬਹਿਸ਼ਤ ਵਿੱਚੋਂ ਅਸੀਂ ਅੰਮ੍ਰਿਤ ਕਹਿੰਦੇ ਉਹ ਆਬੇ ਹਯਾਤ ਕਹਿੰਦੇ ਆ ਉਹ ਕਹਿੰਦੇ ਲਿਆ ਆਬੇ ਹਯਾਤ ਬਹਿਸ਼ਤ ਵਿੱਚੋਂ ਦਿੱਤਾ ਇਹਨਾਂ ਦੇ ਤਾਈ ਸ਼ਕਾ ਛਾਹਾ ਉਹ ਕਹਿੰਦਾ ਉਹ ਕਿੱਦਾਂ ਸ਼ਕਾਈ ਦਾ ਕਹਿੰਦਾ ਉਹ ਵੀ ਸੁਣ ਲਾ ਕਹਿੰਦਾ ਪੰਜ ਸਿੰਘ ਰਲ ਬੈਠਦੇ ਇੱਕ ਜਗ੍ਹਾ ਬਾਟਾ ਲੋਹੇ ਦਾ ਵਿੱਚ ਟਕਾ ਛਾਹਾ ਪਾਣੀ ਵਿੱਚ ਪਤਾਸਿਆਂ ਪਾਏ ਕੇ ਤੇ ਖੰਡਾ ਲੋਹੇ ਦਾ ਵਿੱਚ ਫਰਾ ਛਾਹਾ ਉਹ ਕਹਿੰਦਾ ਮੁੱਖੋਂ ਗੁਰੂ ਦੀ ਕਲਾਮ ਪੜ੍ਹਦੇ ਜਿਹੜੀਆਂ ਅੰਮ੍ਰਿਤ ਤਿਆਰ ਕਰਨ ਵੇਲੇ ਪੰਜ ਬਾਣੀਆਂ ਪੜ੍ਹਦੇ ਆ ਮੁੱਖੋਂ ਗੁਰੂ ਦੀ ਕਲਾਮ ਪੜ੍ਹਦੇ ਉਹ ਜਿਹੜੀ ਇਹਨਾਂ ਨੂੰ ਗਿਆ ਸਿਖਾ ਛਾਹਾ ਥੋੜੇ ਚਿਰ ਵਿੱਚ ਹੀ ਪੀਣ ਵਾਲੜੇ ਨੂੰ ਆਪਣੇ ਕੋਲ ਇਹ ਲੈਣ ਬਲਾ ਛਾਹਾ ਕਹਿੰਦਾ ਕਿੱਦਾਂ ਛਕਾਉਂਦੇ ਆ ਉਹ ਵੀ ਦੱਸਦੇ ਕਹਿੰਦਾ ਮੂੰਹ ਅੱਖੀਂ ਕੇਸਾਂ ਵਿੱਚ ਮਾਰ ਛੱਟੇ ਪਿੱਛੋਂ ਸਾਰਾ ਕੜਾ ਦੇਣ ਖਵਾ ਛਾਹਾ ਕਹਿੰਦਾ ਹੋਊ ਕੀ ਉਹ ਕਹਿੰਦਾ ਜਿੰਨਾ ਕੋਲੋਂ ਇੱਕ ਜੂਣਾ ਜਾਵੇ ਮਾਰੀ ਨਾਲ ਹਾਥੀਆਂ ਜੰਗ ਮਚਾ ਛਾਹਾ ਜਿੰਨਾ ਨੇ ਜੂਣ ਹੀ ਮਾਰ ਕੇ ਵੇਖੀ ਉਹਨਾਂ ਹਾਥੀਆਂ ਦੀਆਂ ਦੌੜਾਂ ਲਵਾਈਆਂ ਬਸ ਉਹ ਪੰਜ ਘੁੱਟਾਂ ਜਿਹਦੇ ਗਲੇ ਦੇ ਵਿੱਚ ਉਤਰ ਗਈਆਂ ਕਹਿੰਦਾ ਪੱਕੀ ਗੱਲ ਕਹਿੰਦਾ ਪੱਕੀ ਗੱਲ ਨਾਦਰ ਸ਼ਾਹ ਕਹਿੰਦਾ ਬਸ ਫਿਰ ਇਹ ਕੌਮ ਰਾਜ ਕਰੂ ਦੁਨੀਆਂ ਤੇ ਨਾਦਰ ਸ਼ਾਹ ਦੇ ਚਲ ਗਿਆ ਜ਼ਕਰੀਆ ਖਾਨ ਨੇ ਫਿਰ ਚੌਧਰੀਆਂ ਨੂੰ ਸੱਦ ਕੇ ਆਖਿਆ ਵੀ ਸਿਰ ਵੱਢ ਕੇ ਲਿਆ ਦਿਓ ਸਰਦਾਰ ਦਾ ਰੁਪਈਆ 100 ਨਗਦ ਖਬਰ ਦੇ ਦਿਓ 100 ਰੁਪਈਆ ਨਗਦ ਬਸ ਚੌਧਰੀਆਂ ਨੇ ਫਿਰ ਲੱਕ ਬੰਨਿਆ ਮਾਝੇ ਦੇ ਵਿੱਚੋਂ ਘਰਾਂ ਘਰਾਂ ਚੋਂ ਚੁੱਕ ਚੁੱਕ ਕੇ ਮੁੰਡੇ ਸ਼ਹੀਦ ਕਰਵਾਏ ਕਤਲ ਕਰਵਾਏ ਤੇ ਮੂੰਹ ਮੰਗੇ ਇਨਾਮ ਲਏ ਚੌਧਰੀਆਂ ਨੇ ਉਹਨਾਂ ਚੌਧਰੀਆਂ ਵਿੱਚੋਂ ਇੱਕ ਚੌਧਰੀ ਸੀ ਮੱਸਾ ਰੰਗੜ ਜਿਹੜਾ ਦਰਬਾਰ ਸਾਹਿਬ ਦੇ ਹੈੱਡਕੁਆਟਰ ਦੇ ਵਿੱਚ ਆ ਕੇ ਬੈਠਾ ਵੀ ਸਿੱਖਾਂ ਦਾ ਸਭ ਤੋਂ ਜ਼ਿਆਦਾ ਨੁਕਸਾਨ ਮੈਂ ਕਰਨਾ ਵਾ ਫਿਰ ਇਹਨਾਂ ਸਿਰ ਵੱਢ ਵੱਢ ਕੇ ਖੜੇ ਮੂੰਹ ਮੰਗੇ ਇਨਾਮ ਲਏ ਤੇ ਚੌਧਰੀ ਬਣੇ ਖੁਸ਼ ਮੱਸੇ ਰੰਗੜ ਦੀ ਬੇਗਮ ਨੇ ਆਵਾਜ਼ ਮਾਰ ਕੇ ਆਖਿਆ ਸੂਬੇਦਾਰਾ ਹੋਇਆ ਮੇਰੇ ਨਾਲ ਧੱਕਾ ਮੇਰੀ ਸਰਦਾਰੀ ਜਾਂਦੀ ਰਹੀ ਮੇਰੀ ਇੱਜ਼ਤ ਜਾਂਦੀ ਰਹੀ ਮੈਨੂੰ ਠੰਡ ਤਦ ਪੈਂਦੀ ਆ ਮੇਰੇ ਪਤੀ ਦੇ ਕਾਤਲਾਂ ਦਾ ਸਿਰ ਵੱਢ ਕੇ ਲਿਆਵੇਂ ਜਾਂ ਖੂਨ ਦੇ ਵੰਡੇ ਖੂਨ ਲਿਆ ਕੇ ਦੇਵੇਂ ਰਾਜਨੀਤੀ ਦੇ ਇਹੋ ਕਹਿੰਦੇ ਨਾ ਸਿਰ ਦੇ ਵੰਡੇ ਸਿਰ ਖੂਨ ਦੇ ਵੰਡੇ ਖੂਨ ਅਗਲੀ ਗੱਲ ਕਰਕੇ ਮੱਸੇ ਰੰਗੜ ਦੀ ਬੇਗਮ ਨੇ ਆਖਿਆ ਸੂਬੇਦਾਰਾ ਵਾਧਾ ਵਾ ਜੇ ਇਨਸਾਫ ਨਾ ਮਿਲਿਆ ਤੇਰੀ ਕਚਹਿਰੀ ਦੇ ਵਿੱਚ ਕਟਾਰ ਮਾਰ ਕੇ ਮੈਂ ਜਾਨ ਦੇ ਦੇਣੀ ਆਪਣੀ ਮੈਂ ਜਾਨ ਸਿਆਣੇ ਬੈਠੇ ਹੋ ਤਿੰਨ ਜਾਣਿਆਂ ਦਾ ਹੱਠ ਵਿਦਵਾਨਾਂ ਨੇ ਗਿਣਿਆ ਜਦੋਂ ਇਹ ਤਿੰਨ ਜਾਣੇ ਹੱਠ ਦੇ ਉੱਤੇ ਆ ਜਾਣ ਜਿੱਦ ਦੇ ਉੱਤੇ ਆ ਜਾਣ ਫਿਰ ਵੱਡੇ ਵੱਡੇ ਝੁਕ ਜਾਂਦੇ ਆ ਪਹਿਲੇ ਨੰਬਰ ਉੱਤੇ ਹੁੰਦਾ ਬਾਲ ਹੱਠ ਸਾਰੇ ਗ੍ਰਿਸਤੀ ਬੈਠੇ ਜੇ ਬਾਲ ਬੱਚਿਆਂ ਵਾਲੇ ਬੈਠੇ ਜੇ ਬੱਚੇ ਦਾ ਜਿੱਦ ਬੱਚੇ ਦਾ ਹੱਠ ਇੱਕ ਇਹੋ ਜਿਹਾ ਹੱਠ ਆ
जो अपनी अड़ी दे उत्ते होवे ना बच्चा फिर हर गल मननी पैंदी बाल हाथ एक नंबर दूजे नंबर उत्ते विद्वाना ने रखिया राजे दा हाथ राजा जे उत्ते आया होवे ना राजा ते जो मर्जी करवा ले मर्जी होवे सही भी मैं कोई चंगा करवाना माड़ा करवाना बस जे सरकार ने सोच लिया के लोकां कोलों आ काम करवाना है पर दुनिया की कोई ताकत रोक नहीं सकती ते तीजे नंबर उत्ते विद्वाना ने लिखा त्रिया हाथ त्रिया दा मतलब औरत जो ये जेल ते आई होवे फिर सारा कुछ हो जाता है सत्कारयोग बीबियां बैठियां ने जिदन तुसीं जेल ते आईयां हो चंगे बड़े घर च कंध भी ते कंध वजी भी डिग सकदी है ते कंध वज भी सकदी है कंध वजूगी भी जो मर्जी कोई कह ले ते जे ने ढौणी जां उहने जांदियां टपा देणी है मेरे तो पहला ज्ञानी जी कथा कर रहे ना गगन वाली वो गगन वाला मसला सच आ वो मसला है ही इदां दा भी जिन्ना मर्जी तुसीं सारी दिहाड़ी रोब पा के आ जाओ सरदारी ते इधर ही है ना वड़े वड़े बंदे उतर के गड्डी च जदों गड्डी नूं चाबी लाउंदे नाल ही रोब ओहदे च रख लैंदे भी डाढे ना वाह पैणा हुण दी साडी कोई वाह चलदी वो राजा है ना राजे ने ऐलान कर दिता के मेरे राज विच दो बंदे आउण जिहड़ा कवे भी मैं बिल्कुल नहीं घरवाली को डरदा जिहड़ा जित गया ओनू एक घोड़ा इनाम च ते जिहड़ा हार गया ओनू सेब हुण जिहड़ा आवे ओहो ही हार जे जिहड़ा आवे ओहो ही हार जे राजा बड़ा परेशान भी मेरे दरबार च एक बंदा ही इदां दा नहीं हैगा भी जिहड़ा घरों डरदा ही ना होवे ਉਹ ਪਿੰਡ ਤੋਂ ਬਾਹਰ ਵਾਰਨਾ ਦੋਵੇਂ ਜੀ ਰਹਿੰਦੇ ਤੇ ਘਰ ਵਾਲੀ ਕਹਿੰਦੀ ਵੀ ਝੂਠਾ ਸੱਚਾ ਹੀ ਚੱਲ ਜਾ ਡਰਦਾ ਤੇ ਤੂੰ ਮੇਰੇ ਤੋਂ ਬਥੇਰਾ ਉਦਾਂ ਹੀ ਜਾ ਕੇ ਪਰਲੋ ਹੀ ਮਾਰਦੇ ਵੀ ਮੈਂ ਨਹੀਂ ਡਰਦਾ ਕੁਝ ਨਾ ਕੁਝ ਤੇ ਲਿਆ ਘੋੜਾ ਤੇ ਲਿਆ ਇੱਕ ਜਿੱਤ ਕੇ ਚਲੋ ਜੀ ਬੰਦਾ ਆ ਗਿਆ ਤਿਆਰ ਪਰ ਤਿਆਰ ਹੋ ਕੇ ਰਾਜੇ ਦੇ ਸਾਹਮਣੇ ਆ ਕੇ ਕਹਿੰਦਾ ਨਾ ਭਾਈ ਸਾਹ ਸਕਾ ਕੇ ਰੱਖੀਦਾ ਅਗਲੀ ਦਾ ਜਦੋਂ ਘਰ ਵੜ ਜਾਈਦਾ ਸਰਦਾਰ ਜੀ ਹੁੰਦੀ ਆ ਕੋਈ ਮੇਰੇ ਅੱਗੇ ਨਹੀਂ ਕੁਝ ਸਕਦਾ राजा बड़ा खुश भी एक मर्द ते नित्रिया ओ कहिंदा दे दो इनू इनाम विच घोड़ा हुण बंदा घोड़ा लैके चल गया ते 15 मिंट ही नू वापस आ गया राजा कहिंदा वापस आ गया कहिंदा राजा साहब जित के मैं गया पर घोड़ा तुसीं मैनू काला देता मेरे वाली कहिंदी है भी चिट्टा लैके आ हां राजा कहिंदा भी घोड़ा रख दे सेब चोका ओ प्याही तू तो सेब वाला तू घोड़ा उदा ही लै गया रात पई राजा सुता वजीर ने आके बुआ खड़काया राजा साहब बुआ खोलो राजे ने बुआ खोलिया ते वजीर सामने खलो के कहिंदा राजा साहब एक प्रश्न आ कहिंदा दस कहिंदा चलो जिते बंदे नूं ते घोड़ा ओ ते मन गए पर सेब वाली कहानी नहीं समझ लगी सेब देना हारे बंदे को कणक की बोरी दे देनो को आटा दे देनो को चौल दे देनो खंड दे देनो गुड़ दे देनो चार दिन रोटियां दे लोकी रज के खांदे राजा आवाज मार के कहिंदा रखी दे कणक की बोरी ही पर मेरे वाली ने मन्नी कहिंदी सेब ही रखना वजीर कहिंदा भी दोपहर वाला झूठा खाना के नवा चीर के लियाईए हैगा ते तू ही सेब वाला ही आ हुण राजे ने सेब ते खाना शुरू कर दिता वजीर नूं पुछदा निकम्मिया तू अद्धी रात मूंह चुकिया मेरा आके बुआ खड़का दिता दिने मर दो दिने आ जानो ओ कहिंदा राजा साहब आउणा ते दिने ही मेरे वाली कहिंदी हुणे पुछ के आ कहिंदा सेब अजे अद्धा ही पिया आपां जिन्ने बैठे सेब वाले ही आ बहुते हसना नहीं आपां बहुते सेब वाले ही आ सरदारी औरत दे नाल सरदारी घर दे विच बीबियां दे नाल बहुत वड्डा योगदान है घरां नूं स्वर्ग बनाउणा एक धी दे रूप अंदर भैण दे रूप अंदर मां दे रूप अंदर बच्ची दे रूप अंदर इन्हां दा देण कोई नहीं दे सकदा पर जे उत्ते आई होवे सही फिर दुनिया दी हर चीज हो सकदी है मसे दी बेगम कहिंदी मेरी जिद है इंसाफ ना मिलिया ते मैं कटारी मार के जान दे देणी उहनूं इक वारी तां तोड़ दित्ता कहिंदा दोहां तिन्नां दिनां च इंसाफ दे देंगे सूबेदार कहिंदा भी इंसाफ देना कितना सलाह देने वाले ने आखिया भी सारे चौधरी सद ला जेड़े कहिंदे सी भी पंजाब चो सिखी खत्म आ उहनां नूं पुछदे भी मसे रंगण दा कातल कौन आ किधरों आया किधर गए लो जी चौधरी सारे सद ले
ਹੁਣ ਚੌਧਰੀ ਲੱਗੇ ਕੁਰਸੀਆਂ ਤੇ ਬਹਿਣ ਤੇ ਸੂਬੇਦਾਰ ਕਹਿੰਦਾ ਕੁਰਸੀ ਤੇ ਨਹੀਂ ਬਹਿਣਾ ਕੁਰਸੀ ਦੇ ਉਦਣ ਪਹਿਲਾਂ ਇਹ ਜਦਨ ਸਿਰ ਵੱਢ ਵੱਢ ਕੇ ਲਿਆਉਂਦੇ ਹੁਣ ਤੇ ਸਿਰ ਤੁਹਾਡੇ ਵੱਢ ਕੇ ਲੈ ਗਏ ਅਗਲੇ ਕੁਰਸੀ ਤੋਂ ਉੱਠ ਕੇ ਖਲੋ ਸਾਰੇ ਜਾਣੇ ਚੌਧਰੀ ਕਹਿੰਦੇ ਕੀ ਕਰਨਾ ਉਹ ਕਹਿੰਦਾ ਮੱਸੇ ਰੰਗੜ ਦੇ ਕਾਤਲ ਕੌਣ ਆ ਚੌਧਰੀਆਂ ਨੇ ਸਿਰ ਫੇਰ ਕੇ ਆਖਿਆ ਜਨਾਬ ਸਾਨੂੰ ਕੀ ਪਤਾ ਕੌਣ ਆ ਤੇ ਸੂਬੇਦਾਰ ਕਹਿੰਦਾ ਬੱਚੂ ਮੱਸੇ ਰੰਗੜ ਦੇ ਕਾਤਲ ਤੇ ਕੱਢਣੇ ਮੈਂ ਤੁਹਾਡੇ ਚੋਂ ਭਾਵੇਂ ਕੱਢਾਂ ਅਸਮਾਨ ਚੋਂ ਲਾ ਕੇ ਤੇ ਭਾਵੇਂ ਧਰਤੀ ਚੋਂ ਪੈਦਾ ਕਰਾਂ ਦੱਸੋਗੇ ਬੱਚੂ ਤੂੰ ਹੀ ਸੂਬੇਦਾਰ ਆਪਣੇ ਸਿਪਾਹੀਆਂ ਨੂੰ ਕਹਿੰਦਾ ਉਹ ਜਦੋਂ ਇਹ ਸਿਰ ਵੱਢ ਵੱਢ ਕੇ ਲਿਆਉਂਦੇ ਸੀ ਨਾ ਤੇ ਨਾਲੇ ਛਕਾਈਦਾ ਸੀ ਜਲ ਪਾਣੀ ਤੇ ਨਾਲੇ ਦਈਦੇ ਸੀ ਪੈਸੇ ਖੁੱਲੇ ਅੱਜ ਇਹਨਾਂ ਨੇ ਕੰਮ ਕੋਈ ਚੰਗਾ ਨਹੀਂ ਕੀਤਾ ਸਾਰੇ ਚੌਧਰੀ ਪਾਲੋ ਢਿੱਡ ਪਰਨੇ ਲੰਮੇ ਇਹਨਾਂ ਦੀ ਓਨਾ ਚਿਰ ਸੇਵਾ ਕਰਿਓ ਓਨਾ ਚਿਰ ਸੇਵਾ ਕਰਿਓ ਜਿੰਨਾ ਚਿਰ ਮੱਸੇ ਰੰਗੜ ਦੇ ਕਾਤਲ ਦੱਸ ਨਹੀਂ ਦਿੰਦੇ ਚਾਹੋ ਆਪਣਾ ਸਿੰਘ ਦਿਓ ਫੜਾਏ
ਵਾਰ ਸਾਰੀ ਸੰਗਤ ਸੀਸ ਚੁਕਾ ਕੇ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੂਬੇਦਾਰ ਦੀ ਲੱਗੀ ਹੋਈ ਕਚਹਿਰੀ ਵਿੱਚ ਸਾਰੇ ਚੌਧਰੀ ਪੇਸ਼ ਹੋਏ, ਚੌਧਰੀਆਂ ਦੀ ਰੱਜ ਕੇ ਸੇਵਾ ਹੋਈ। ਉਹ ਸਾਰਿਆਂ ਨੂੰ ਪੁੱਛਣ ਵੀ ਦੱਸੋ ਮੱਸੇ ਰੰਗੜ ਦੇ ਕਾਤਲ ਕੌਣ ਆ? ਹੋਏ ਇਹ ਚੌਧਰੀ ਉਹ ਹੀ ਬੰਦੇ ਆ ਜਿਹੜੇ ਸਰਦਾਰਾਂ ਦੇ ਸਿਰਾਂ ਦਾ ਮੁੱਲ ਪਾਉਂਦੇ ਸੀ। ਸਿੱਖਾਂ ਦੇ ਸਿਰਾਂ ਦਾ ਮੁੱਲ ਇੱਕ ਵਾਰੀ ਨਹੀਂ ਪਿਆ, ਕਈ ਵਾਰੀ ਪਿਆ। ਆ ਚਿੱਟੀਆਂ ਦਾੜੀਆਂ ਵਾਲੇ ਬਜ਼ੁਰਗ ਬੈਠੇ ਆ, ਤੁਸੀਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਵੇਖੇ ਆ 84 ਤੋਂ ਲੈ ਕੇ 95-96 ਤੱਕ, ਜਦੋਂ ਪੰਜਾਬ ਦੇ ਪਿੰਡਾਂ ਚੋਂ ਜਵਾਨੀ ਚੁੱਕ ਕੇ ਖਾੜਕੂ ਕਹਿ ਕੇ ਕਤਲ ਕੀਤੀ ਗਈ, ਸ਼ਹੀਦ ਕੀਤੀ ਗਈ। ਤੇ ਜਿਹੜੇ ਬੰਦੇ ਚਪੜਾਸੀ ਲੱਖਣ ਦੀ ਹੈਸੀਅਤ ਨਹੀਂ ਸੀ ਉਹਨਾਂ ਦਿਨਾਂ ਚ ਰੱਖਦੇ, ਕੋਈ SHO ਜਾ ਲੱਗਾ, ਕੋਈ SP ਜਾ ਲੱਗਾ, ਕੋਈ DSP ਜਾ ਲੱਗਾ, ਮੁੰਡੇ ਦੇ ਤੁਹਾਡੇ ਚਾਚੇ ਤਾਇਆਂ ਦੇ ਪੁੱਤ ਘਰਾਂ ਚੋਂ ਚੁੱਕ ਕੇ ਖਤਮ ਕੀਤੇ ਸੀ। ਇੰਨੇ ਖਾੜਕੂ ਥੋੜਾ ਸੀ ਜਿੰਨੇ ਖਾੜਕੂ ਕਹਿ ਕੇ ਖਤਮ ਕਰ ਦਿੱਤੇ ਆ। ਨਹਿਰਾਂ ਦੇ ਪੁਲਾਂ ਦੇ, ਰੋਈਆਂ ਦੇ ਪੁਲਾਂ ਤੇ ਲਿਆ ਕੇ ਨਕਲੀ ਮੁਕਾਬਲੇ ਬਣਾਏ ਗਏ। ਉਹ ਤਸ਼ੱਦ ਤੁਸੀਂ ਆਪਣੇ ਪਿੰਡੇ ਤੇ ਝੱਲਿਆ ਏ। ਰੂਹਾਂ ਉਹ ਹੀ ਹੁੰਦੀਆਂ ਵਾ ਜੇ ਸ਼ਹੀਦਾਂ ਦੀਆਂ ਰੂਹਾਂ ਆਪਾਂ ਕਹਿੰਦੇ ਵੀ ਤੁਰੀਆਂ ਫਿਰਦੀਆਂ ਤੇ ਜਕਰੀਏ ਖਾਣ ਹੁੰਦੀਆਂ ਕਿਤੇ ਜਾਣੀਆਂ ਥੋੜਾ, ਉਹ ਲੀਡਰਾਂ ਜੀ ਤੁਰੀਆਂ ਫਿਰਦੀਆਂ ਉਹ ਵੀ ਇੱਥੇ ਤੁਰੇ ਫਿਰਦੇ ਆ ਸਾਰੇ। ਨਾਦਰ ਸ਼ਾਹ ਹੁਣੀ ਕਿਤੇ ਚੱਲੇ ਥੋੜਾ, ਉਹ ਵੀ ਤੁਹਾਡੇ ਵਿੱਚ ਹੀ ਤੁਰੇ ਫਿਰਨੇ ਆ ਸਾਰੇ। ਰੂਹ ਵਟਾ ਲੈਂਦੇ ਆ, ਭੇਸ ਵਟਾਏ ਜਾਂਦੇ ਆ, ਸਰੀਰ ਵਟਾਏ ਜਾਂਦੇ, ਆਤਮਾ ਤੇ ਉਹ ਸੋਚ ਉਹ ਹੀ ਰਹਿੰਦੀ। ਅੱਗੇ ਆ ਗਏ ਹੁਣ ਜਦੋਂ 22-23 ਜਾਣੇ ਕੁੱਟੇ ਗਏ ਨਾ ਸੂਬੇਦਾਰ ਦੇ ਦਰਬਾਰ ਚ, ਮਗਰ ਇੱਕ ਰਹਿ ਗਿਆ। ਤੇ ਜਦੋਂ ਉਹਦੀ ਵਾਰੀ ਆਉਣ ਲੱਗੀ ਨਾ, ਉਹਨੇ ਦੋਵੇਂ ਹੱਥ ਚੁੱਕ ਕੇ ਆਖਿਆ ਦੁਹਾਈ ਤੁਹਾਡੇ ਅੱਲਾਹ ਦੀ, ਮੈਨੂੰ ਨਾ ਮਾਰਿਓ। ਕਹਿੰਦੇ ਕਿਉਂ? ਕਹਿੰਦਾ ਜੀ ਮੈਨੂੰ ਪਤਾ ਮੱਸੇ ਰੰਗੜ ਦੇ ਕਾਤਲ ਕੌਣ ਆ। ਹੁਣ ਜਦੋਂ ਪਹਿਲੇ 22-23 ਨੂੰ ਛਿੱਤਰ ਪਿਆ ਫਿਰਿਆ ਹੋਵੇ ਤੇ 24 ਨੰਬਰ ਵਾਲਾ ਕਹਿੰਦੇ ਜੀ ਮੈਨੂੰ ਪਤਾ। ਇਹਦੇ ਜਿਹਨਾਂ ਨੂੰ ਡਾਂਗ ਫਿਰੀ ਉਹ ਹੀ ਜਾਣਦੇ ਆ ਨਾ ਵੀ ਉਹਨਾਂ ਦੇ ਕਿਹੜੇ ਭਾਵ ਵੀ, ਤੇ ਉਹ ਸਾਰੇ ਉਹਦੇ ਵੱਲ ਵੇਖ ਕੇ ਕਹਿੰਦੇ ਜੇ ਤੈਨੂੰ ਪਤਾ ਸੀ ਤੇ ਅੱਗੇ ਮਰਦੋਂ ਖਲੋਨੋ ਕਿ ਸਾਡੇ ਪਾਸੇ ਬਣਾਉਣੇ ਜ਼ਰੂਰੀ। ਇਹਦੇ ਸਕੂਲ ਟਾਈਮ ਸਾਰਿਆਂ ਨੇ ਵੀ ਹੋਇਆ ਨਾ ਵੀ ਜਿਹੜਾ ਸਭ ਤੋਂ ਸ਼ੈਤਾਨ ਦੀ ਡਿਊਟੀ ਸ਼ੈਤਾਨੀ ਕਰਕੇ ਮਗਰਲੀ ਲਹਿਣ 'ਚ ਜਾ ਲੱਗਣਾ, ਬਾਕੀਆਂ ਦੇ ਪਾਸੇ ਭੱਜਣੇ ਤੇ ਉਹਨੇ ਜ਼ਰੂਰ ਉਹਨੇ ਭੱਜ ਜਾਣਾ। ਉਹ ਜਿਹੜਾ ਚੌਧਰੀ ਉਹ ਮਗਰਲੀ ਲਹਿਣ 'ਚ ਜਾ ਲੱਗਾ। ਹੁਣ ਜਦੋਂ ਪਹਿਲੇ ਕੁੱਟੇ ਗਏ ਉਹਦੀ ਵਾਰੀ ਆਈ, ਉਹ ਕਹਿੰਦਾ ਮੈਨੂੰ ਪਤਾ ਜੇ ਮੱਸੇ ਰੰਗੜ ਦੇ ਕਾਤਲ ਕੌਣ ਹੈ। ਉਹ ਕਹਿੰਦਾ ਤੈਨੂੰ ਪਤਾ? ਕਹਿੰਦਾ ਹਾਂ ਪਤਾ। ਇਹ ਚੌਧਰੀ ਦਾ ਪਿੰਡ ਆ ਜੰਡਿਆਲਾ ਸਾਡੇ ਲਾਗੇ। ਇੱਕ ਬਿਨੇ ਕਰਾਂ ਜੰਡਿਆਲਾ ਕੱਲਾ ਜੰਡਿਆਲਾ ਹੈ, ਪਰ ਆਪਾਂ ਨੂੰ ਕਹਿੰਦੇ ਜੰਡਿਆਲਾ ਗੁਰੂ ਕਾ। ਕਾਗਜ਼ਾਂ 'ਚ ਵੀ ਕਹਿੰਦੇ ਆ, ਬੱਸਾਂ 'ਤੇ ਵੀ ਲਿਖਿਆ ਹੁੰਦਾ, ਅਖਬਾਰਾਂ 'ਚ ਵੀ ਆਉਂਦਾ, ਸਿਆਣੇ ਬੈਠੇ ਹੋ ਤੁਹਾਡਾ ਇਲਾਕਾ ਹੈ। ਮੈਨੂੰ ਅਜੇ ਤੱਕ ਕਿਤੇ ਨਹੀਂ ਲੱਭਾ ਵੀ ਕਿਹੜੇ ਗੁਰੂ ਦਾ ਸੰਬੰਧ ਜੰਡਿਆਲੇ ਦੇ ਨਾਲ। ਉਹਨੂੰ ਜੰਡਿਆਲਾ ਗੁਰੂ ਦਾ ਕਿਹੜੀ ਗੱਲੋਂ ਕਹੀ ਜਾਂਦੀ? ਇਹਦੇ ਪਿੱਛੇ ਵੀ ਇੱਕ ਸਾਜਿਸ਼ ਸੀ ਅਸਲ ਵਿੱਚ। ਜੰਡਿਆਲਾ ਗੁਰੂ ਕਾ ਕਿਤੇ ਨਹੀਂ ਹੈਗਾ, ਜੰਡਿਆਲਾ ਕੱਲਾ ਹੈ ਪਰ ਗੁਰੂ ਕਾ ਬਾਅਦ ਵਿੱਚ ਬਣਾਇਆ ਗਿਆ ਗੁਰੂ ਅਮਰਦਾਸ ਦੇ ਬਰਾਬਰ ਗੁਰਤਾ ਗੱਦੀ ਖੜੀ ਕਰਨ ਵਾਸਤੇ। ਉਹ ਕਦੇ ਮੌਕਾ ਬਣਿਆ ਗੱਲ ਲੰਮੀ ਚੌੜੀ ਫਿਰ ਮੈਂ ਜ਼ਰੂਰ ਦੱਸਾਂਗਾ ਤੁਹਾਨੂੰ, ਪਰ ਉਹ ਹੈ ਜੰਡਿਆਲਾ। ਕਈ ਅਸੀਂ ਜੰਡਿਆਲਾ ਗੁਰੂ ਕਾ ਠੀਕ ਹੁਣ ਜਿੰਨਾ ਮਰਜ਼ੀ ਆਖੀਏ, ਪਰ ਜੰਡਿਆਲਾ ਗੁਰੂ ਕਾ ਨਹੀਂ ਬਣਦਾ, ਜੰਡਿਆਲਾ ਕੱਲਾ ਬਣਦਾ। ਹੁਣ ਜੰਡਿਆਲੇ ਦਾ ਰਹਿਣ ਵਾਲਾ ਚੌਧਰੀ ਉਹਦਾ ਨਾਮ ਆ ਹਰ ਭਗਤ ਨਿਰੰਜਣੀਆਂ। ਉਹ ਕਹਿੰਦਾ ਜਨਾਬ ਮੈਨੂੰ ਪਤਾ। ਕਹਿੰਦਾ ਕੌਣ? ਕਹਿੰਦਾ ਉਹ ਵੀ ਸੁਣ ਲਾ, ਹੱਥ ਬੰਨ ਜੰਡਿਆਲੀਏ ਅਰਜ ਕੀਤੀ ਹੋਵੇ ਹੁਕਮਤਾਂ ਕਰਾਂ ਬਿਆਨ ਸੂਬੇ। ਅਸੀਂ ਮਾਰਦੇ ਮਾਰਦੇ ਥੱਕ ਲੱਥੇ ਸਗੋਂ ਦੂਣੇ ਹੁੰਦੇ ਜਾਣ ਸੂਬੇ। ਉਹ ਜੰਡਿਆਲੇ ਵਾਲਾ ਦੱਸਣ ਦਿਆ ਹੁਣ ਵੀ ਇਹ ਕੌਣ ਹੈ ਜਿੰਨਾ ਬੰਦਾ ਮਾਰਿਆ। ਹੱਥ ਬੰਨ ਜੰਡਿਆਲੀਏ ਅਰਜ ਹੋਵੇ ਹੁਕਮਤਾਂ ਕਰਾਂ ਬਿਆਨ ਸੂਬੇ। ਅਸੀਂ ਮਾਰਦੇ ਮਾਰਦੇ ਥੱਕ ਲੱਥੇ ਇਹ ਸਗੋਂ ਦੂਣੇ ਹੁੰਦੇ ਜਾਣ ਸੂਬੇ। ਉਹ ਜਿੱਥੇ ਬਾਹਰ ਦੀ ਚਿੜੀ ਨਾ ਪਹੁੰਚ ਸਕੀ ਉੱਥੇ ਪਹੁੰਚੇ ਕਰਨ ਨੁਕਸਾਨ ਸੂਬੇ। ਕਹਿੰਦਾ ਬੰਦੇ ਦੱਸ ਉਹਦਾ ਬੁਝਾਰਦਾ ਨਾ ਪਾ। ਕਹਿੰਦਾ ਉਹ ਵੀ ਸੁਣ ਲਾ। ਕਹਿੰਦਾ ਮਹਿਤਾਬ ਸਿੰਘ ਭੰਗੂ ਮੀਰਾ ਕੋਟਿਆ ਇੱਕ ਬੜਾ ਧਾੜਵੀ ਅਤੇ ਬਲਵਾਨ ਸੂਬੇ ਇੱਕ ਉਹ ਤੇ ਉਹੋ ਜਿਹਾ ਨਾਲ ਉਹਦੇ ਮਾੜੀ ਕੰਬੋਕੇ ਦਾ ਸੁਖਾ ਸਿੰਘ ਤਰਖਾਣ ਸੂਬੇ। ਤੇ ਮਸਾ ਇੱਕ ਨਾ ਮਾਰਿਆ ਸਮਝ ਲੈਣਾ ਵਾਰੀ ਤੇਰੀ ਮੇਰੀ ਵੀ ਆਈ ਜਾਣ ਸੂਬੇ। ਮਸਾ ਇੱਕ ਨਹੀਂ ਮਾਰਿਆ ਸਿਰ ਸਾਡਾ ਵੀ ਵੱਡਿਆ ਜਾਣ। ਕਹਿੰਦਾ ਸਿਰ ਲੈ ਕੇ ਕਿੱਥੇ ਗਏ ਆ? ਪਤਾ ਹੀ ਨਹੀਂ ਲੱਗਾ ਕਿੱਧਰੋਂ ਆਏ ਕਿੱਧਰ ਗਏ।
ਜੰਡਿਆਲੇ ਵਾਲਾ ਕਹਿੰਦਾ ਮੈਂ ਪਤਾ ਕਰ ਲਿਆ, ਕਹਿੰਦਾ ਕਿੱਥੇ? ਕਹਿੰਦਾ ਨਾ ਸਿਰ ਮੱਸੇ ਰੰਗੜ ਦਾ ਖੜਿਆ ਵਾ ਬੁੱਢੇ ਚੌੜ ਉਹ ਰਾਜਸਥਾਨ ਦੇ ਵਿੱਚ। ਕਹਿੰਦਾ ਫਿਰ ਦੱਬਤਾ ਹੋਣਾ, ਕਬਰ ਬਣਾਤੀ ਹੋਣੀ। ਕਹਿੰਦਾ ਉਹ ਵੀ ਸੁਣ ਲਾ। ਕਹਿੰਦਾ ਜਦੋਂ ਸਰਦਾਰਾਂ ਨੇ ਮੱਸੇ ਰੰਗੜ ਦਾ ਸਿਰ ਵੱਢ ਕੇ ਖੜਿਆ ਤੇ ਜਥੇਦਾਰ ਦੇ ਸਾਹਮਣੇ ਸੁੱਟਿਆ ਨਾ ਜਾ ਕੇ, ਤੇ ਜਥੇਦਾਰ ਕਹਿੰਦਾ ਇਹਦਾ ਕੀ ਕਰਨਾ? ਮਹਿਤਾਬ ਸਿੰਘ ਕਹਿੰਦਾ ਖੇਡਣਾ ਇਹਦੇ ਨਾਲ। ਉਹ ਕਹਿੰਦਾ 100-150 ਇੱਧਰ ਖਲੋ ਗਿਆ, 100-150 ਇੱਧਰ ਖਲੋ ਗਿਆ। ਜਿਹੜਾ ਠੁੱਡ ਮਰੇ ਜਿੱਦਣ ਨੂੰ ਜੀ ਕਰੇ ਰੇੜ ਕੇ ਲਏ, ਉਹਨਾਂ ਦੋਵਾਂ ਤਿੰਨਾਂ ਮਿੰਟਾਂ 'ਚ ਮੱਸੇ ਰੰਗੜ ਦਾ ਸਿਰ ਖੱਕੜ ਖਈਆਂ ਕਰਕੇ ਉਹ ਮਾਰਿਆ। ਤੂੰ ਅਨਾ ਦੱਬ ਦਿੱਤਾ। ਕਹਿੰਦਾ ਇੰਨੀ ਜੁਰਤ? ਕਹਿੰਦਾ ਇਹਨੂੰ ਜਾਦੀ ਰੱਖਦੇ ਹੀ ਉਹ ਆਏ ਜਾਣ। ਸੂਬੇਦਾਰ ਕਹਿੰਦਾ ਮੈਨੂੰ ਬਦਲਾ ਚਾਹੀਦਾ, ਮੈਂ ਬਦਲਾ ਲੈਣਾ ਹੈ, ਮੱਸੇ ਦੀ ਬੇਗਮ ਨੂੰ ਖੁਸ਼ ਕਰਨਾ। ਜੰਡਿਆਲੇ ਵਾਲਾ ਚੌਧਰੀ ਕਹਿੰਦਾ ਫਿਰ ਇੱਕ ਤਰੀਕਾ ਵਾ, ਰਾਜਨੀਤੀ ਦੇ ਮੁਤਾਬਕ ਚੱਲੋ, ਨਾ ਤੇ ਮਹਿਤਾਬ ਸਿੰਘ ਲੱਭਣਾ ਜੇ ਨਾ ਮਹਿਤਾਬ ਸਿੰਘ ਮਾਰਿਆ ਜਾਣਾ ਤੁਹਾਡੇ ਕੋਲ, ਹਾਂ ਮਹਿਤਾਬ ਸਿੰਘ ਦੇ ਪਿੰਡ ਤੇ ਹਮਲਾ ਕਰ ਦਿਓ, ਘਰ ਬਾਹਰ ਲੁੱਟ ਲਓ। ਉਹਦਾ 7 ਸਾਲਾਂ ਦਾ ਇੱਕ ਪੋਤਿਆ, ਉਹ ਬੱਚੇ ਦਾ ਸਿਰ ਵੱਢ ਕੇ ਲੈ ਆਓ, ਮੱਸੇ ਦੀ ਬੇਗਮ ਵੀ ਖੁਸ਼ ਆ, ਤੁਹਾਡਾ ਬਦਲਾ ਪੂਰਾ ਹੋ ਜਾਊਗਾ। ਹੁਕਮ ਦੇ ਕੇ ਫੌਜਦਾਰ ਨੂਰਦੀਨ ਨੂੰ ਮਹਿਤਾਬ ਸਿੰਘ ਪੰਗੂ ਮੀਰਾ ਕੋਟੀਏ ਦੇ ਪਿੰਡ ਦੇ ਉੱਤੇ ਹਮਲਾ।
ਸੇਦੀਆਂ ਬੇਗਮਾਂ ਹੋਏ ਘਰ ਵੇਣ ਪਵਾ ਇੱਕ ਬਦਲੇ ਹਜ਼ਾਰ ਜਿਹਨਾਂ ਮਾਰੀਏ ਸਾਰੀ ਸੰਗਤ ਸੀਸ ਚੁਕਾ ਕੇ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਾ। ਸੂਬੇਦਾਰ ਕਹਿੰਦਾ ਫਿਰ ਮਹਤਾਬ ਸਿੰਘ ਭੰਗੂ ਦੇ ਪਿੰਡ ਨੂੰ ਘੇਰਾ ਪਾਲੋ, ਸਾਰਾ ਮਾਲ ਅਸਬਾਬ ਲੁੱਟ ਲਿਆਓ, ਹੋ ਸਕੇ ਤਾਂ ਪੁੱਤ ਫੜ ਕੇ ਲਿਆਓ, ਜੇ ਪੁੱਤ ਫੜ ਕੇ ਨਾ ਲਿਆਂਦਾ ਤਾਂ ਪੁੱਤ ਮਾਰ ਕੇ ਜ਼ਰੂਰ ਆਇਓ। ਮੱਸੇ ਦੀ ਬੇਗਮ ਨੂੰ ਜਵਾਬ ਦੇਣਾ ਵੀ ਸਿਰ ਦੇ ਵੰਡੇ ਸਿਰ ਖੂਨ ਦਾ ਬਦਲਾ ਖੂਨ। ਲਓ ਜੀ ਪਿੰਡ ਨੂੰ ਘੇਰਾ ਪੈ, ਮੀਰਾ ਕੋਟ ਪਿੰਡ ਨੂੰ ਘੇਰਾ ਪਿਆ। ਨੂਰਦੀਨ ਚੜਿਆ, ਮੱਸੇ ਦੇ ਭਰਾ ਚੜੇ, ਮੱਸੇ ਦੇ ਭਤੀਏ ਚੜੇ, ਮੱਸੇ ਦੇ ਸਾਲੇ ਤੁਰੇ, ਸਾਰੇ ਚੌਧਰੀ ਫੌਜਾਂ ਲੈ ਕੇ ਤੁਰੇ। ਮਹਤਾਬ ਸਿੰਘ ਭੰਗੂ ਮੀਰਾ ਕੋਟੀਏ ਦੇ ਪਿੰਡ ਨੂੰ ਘੇਰਾ ਪਿਆ। ਸਾਰਾ ਪਿੰਡ ਘਰਾਂ ਚੋਂ ਬਾਹਰ ਨਿਕਲ ਕੇ ਆਇਆ ਵੀ ਲਾਹੌਰੋਂ ਸਿਪਾਹੀ ਆਏ ਆ ਤੇ ਕਾਹਦੇ ਲਈ ਆਏ ਹੋਏ। ਵੇਖੋ ਪਿੰਡ ਦੇ ਵਿੱਚ ਕੋਈ ਅਨੋਖੀ ਚੀਜ਼ ਆਵੇ ਤੇ ਕਿੱਡਾ ਵੀ ਜ਼ਰੂਰੀ ਕੰਮ ਹੋਵੇ ਨਾ, ਸਾਰਾ ਪਿੰਡ ਉਸ ਕੰਮ ਨੂੰ ਛੱਡ ਕੇ ਤੇ ਉਸ ਚੀਜ਼ ਵੱਲ ਭੱਜਦਾ ਵੀ ਜਿਹੜੀ ਪਿੰਡ 'ਚ ਨਵੀਂ ਚੀਜ਼ ਆਈ ਆ ਇਹ ਕਾਹਦੇ ਲਈ ਆਈ। ਖਾਸ ਤੌਰ 'ਤੇ ਕਿਸੇ ਦੇ ਘਰ ਪੁਲਿਸ ਦੀ ਗੱਡੀ ਆ ਜਾਵੇ, ਕੋਈ ਸਿਪਾਹੀ ਚਾਰ ਆ ਜਾਣ, ਭਾਵੇਂ ਉੱਦਾਂ ਹੀ ਮਿਲਣ ਗਿਲ ਨਹੀਂ ਆਏ ਹੋਣ, ਤੇ ਜਿੰਨੇ ਚਿਰ ਨੂੰ ਸਿਪਾਹੀਆਂ ਨੇ ਯਾਰੀ ਦੋਸਤੀ ਵਾਸਤੇ ਚਾਹ ਪੀ ਕੇ ਘਰੋਂ ਨਿਕਲਣਾ, ਉਹਨੇ ਚਿਰ ਨੂੰ ਬਾਹਰ ਗੱਲਾਂ ਦੇ ਗਲੌੜ ਬਣਾ ਦਿੰਦੇ ਲੋਕ ਉਹਨੇ ਚਿਰ, ਕਿਉਂਕਿ ਸਾਡਾ ਸੁਭਾਅ ਆ ਸਾਡੇ ਕੋਲ ਗੱਲਾਂ ਕਰਨ ਨੂੰ ਟਾਈਮ ਵਾਧੂ ਆ, ਗੱਲਾਂ ਬਣਾਉਣ ਨੂੰ ਟਾਈਮ ਵਾਧੂ ਆ, ਇਤਿਹਾਸ ਸੁਣਨਾ, ਕਥਾ ਕੀਰਤਨ ਸੁਣਨਾ, ਕੋਈ ਚੰਗੀ ਗੱਲ ਪੱਲੇ ਬਣਨੀ, ਉਹਦੇ ਲਈ ਸਾਡੇ ਕੋਲ ਟਾਈਮ ਨਹੀਂ, ਤਾਂ ਘੜੀ ਵੇਖੀ ਦੀ ਵਾਰ ਵਾਰ ਹਰ ਵਾਰ। ਤੇ ਗੱਲ ਬਣਾਉਣੀ ਹੋਵੇ ਕਿਸੇ ਦੀ ਸਾਹਮਣੇ ਵਾਲੀ ਦੀ, ਫਿਰ ਟਾਈਮ ਹੀ ਟਾਈਮ ਹੈ ਜਿੰਨਾ ਮਰਜ਼ੀ। ਜਦੋਂ ਪਿੰਡ ਨੂੰ ਘੇਰਾ ਪਿਆ, ਪਿੰਡ ਵਾਲੇ ਪੁੱਛਣ ਵੀ ਕਿੱਧਰ ਆਏ, ਉਹ ਕਹਿੰਦੇ ਲੱਗ ਜਾਂਦਾ ਪਤਾ ਪਤਾ ਨਹੀਂ ਕਿੱਧਰ ਆਏ ਹੋਣੇ। ਇਹਨੇ ਚਿਰ ਨੂੰ ਪਿੰਡ ਦਾ ਚੌਂਕੀਦਾਰ ਆ ਗਿਆ। ਹੁਣ ਚੌਂਕੀਦਾਰ ਵੇਖਣ ਨੂੰ ਤੇ ਪਿੰਡ 'ਚ ਆਮ ਜਿਹਾ ਬੰਦਾ ਹੁੰਦਾ, ਪਰ ਸਰਕਾਰੀ ਦਰਬਾਰੇ ਚੌਂਕੀਦਾਰ ਦੀ ਤੇ ਨੰਬਰਦਾਰ ਦੀ ਸਭ ਤੋਂ ਜ਼ਿਆਦਾ ਪੁੱਛ ਪੜਤਾਲ ਹੁੰਦੀ ਆ। ਮੇਰੇ ਨੂੰ ਤੁਸੀਂ ਸਿਆਣੇ ਬੈਠੇ ਹੋ, ਪਿੰਡ 'ਚ ਭਾਵੇਂ 100 ਕਿੱਲੇ ਵਾਲਾ ਕਿਉਂ ਨਾ ਬੈਠਾ ਹੋਵੇ, ਜਿੰਨੀ ਸਰਕਾਰੀ ਦਰਬਾਰੇ ਪੁੱਛ ਪੜਤਾਲ ਇਹਨਾਂ ਦੋ ਬੰਦੇ, ਇਹਨਾਂ ਦੋਵਾਂ ਦੀ ਦਿੱਤੀ ਗਵਾਹੀ DC ਤੱਕ ਵੀ ਸਹੀ ਮੰਨੀ ਜਾਂਦੀ ਆ, ਨੰਬਰਦਾਰ ਤੇ ਚੌਂਕੀਦਾਰ। ਜਦੋਂ ਤੁਹਾਡੇ ਪਿੰਡ 'ਚ ਕੋਈ ਸਰਕਾਰੀ ਅਮਲਾ ਫਜਲਾ ਆਇਆ, ਉਹਨਾਂ ਕਿਸੇ ਨੂੰ ਆਵਾਜ਼ ਨਹੀਂ ਮਾਰਨੀ, ਸਭ ਤੋਂ ਪਹਿਲੀ ਆਵਾਜ਼ ਚੌਂਕੀਦਾਰ ਨੂੰ ਵੱਜਣੀ ਆ ਜਾਂ ਨੰਬਰਦਾਰ ਨੂੰ। ਚੌਂਕੀਦਾਰ ਆ ਗਿਆ, ਨੂਰਦੀਨ ਆਵਾਜ਼ ਮਾਰ ਕੇ ਕਹਿੰਦਾ ਉਹ ਤੇਰੇ ਪਿੰਡ ਦਾ ਨੰਬਰਦਾਰ ਕਿੱਥੇ ਆ, ਓਏ ਨੰਬਰਦਾਰ ਨਹੀਂ ਆਇਆ। ਚੌਂਕੀਦਾਰ ਕਹਿੰਦਾ ਜਨਾਬ ਮੈਂ ਹੁਣੇ ਲੈ ਕੇ ਆਉਣਾ। ਉਹ ਜਦੋਂ ਪਿੰਡ ਦੀ ਸੱਸ ਚੋਂ ਪਛਾਣ ਨੂੰ ਮੁੜਿਆ ਨਾ, ਥੋੜੇ ਕੁ ਪੈਰ ਪੁੱਟਿਆ ਦੇ ਅਗਲੇ ਬੰਨੇ ਨੰਬਰਦਾਰ ਤੁਰਿਆ ਆਵੇ। ਇਸ ਨੰਬਰਦਾਰ ਦਾ ਨਾਮ ਆ ਨੱਥਾ ਖਹਿਰਾ, ਨੱਥਾ ਇਹਦਾ ਨਾਂ, ਖਹਿਰਾ ਇਹਦੀ ਕੋਲ, ਨੱਥਾ ਖਹਿਰਾ ਤੁਰਿਆ ਆਵੇ। ਚੌਂਕੀਦਾਰ ਨੇ ਹੱਥ ਜੋੜ ਕੇ ਆਖਿਆ ਨੰਬਰਦਾਰਾ, ਲਾਹੌਰੋਂ ਸਿਪਾਹੀ ਆਏ ਆ,
मैं तेरे वाली चलिया सा ओ तेनू डीकदे आ नथे नंबरदार ने काली काली पैर पैर पुटे ओ पिंड दी साथ विच आके खलो गया सलाम दुआ करके कहिंदा है फौजदार साहब साडे पिंड आउण दी खेचल क्यों कीती सानू बुला लिया हुंदा असीं आप तुहाडे उत्थे चले जांदे लाहौर आ जांदे जड्डा वी कोई काम सी सानू दस दिंदे इत्थे आउणा क्यों तुसीं मुनासिब समझिया नंबरदार ते बोलिया ना लागों जंडियाले वाला चौधरी बोल पिया वड्डा लीडर इन्ना माड़ा नहीं है जिन्ना थले दीआं बुत्तियां करन वाले माड़े हुंदे आ इह गल टका के वेखियो अपने पिंडां थावां दे विच एम एल ए इन्ना माड़ा नहीं हुंदा एम पी इन्ना माड़ा नहीं जिन्ने थले पालछ मारन वाले नहीं साह लैन दिंदे बस उन्होंने आ पाड़ के रखना सारा पिंड क्योंकि उन्होंने यह होंगे भी साडा उत्थे फोन फान रोज जमा जाना चाहिए वा आ पंचायती चोणां आ गईआं मैं हर स्टेज से कहना बच के रहो इन्हों पालछा मारन वाले को चौंक दे खलो के उदा ही किसी का हाल चाल पुछना भी फलाना सियां ठीक ठाक आ ठीक ठाक दे जिहड़ा तीजा बंदा ना जिहदा काम ही अचमचा गिरी करना उन्हें फोन उस वेले मार देना लीडर साहब फलाने दो बंदे खलोते ही कदे कट्ठे ही ना हो जाण हार ही ना जाइए इहो जिहे बंदे इहो जिहे पंज सत बंदे हर पिंड च ही हुंदे आ कोई पिंड नहीं जरा यह ना उन्हों का काम है उन्होंने आप भावे घर घर की चार की फाड़ी ना रोटी रख के दी हो सारे पिंड की नंबरदारी फोकी चुकी फिर ना उन्होंने आवे कुछ ना जाए कुछ मैं गल इस करके की है भी ये बंदे हर थान तुम मिलने उपलब्ध फ्री फंड कोई खर्चा नहीं जिथे मर्जी पैदा कर लो तो ये बंदे पांच सात वो होंगे जेडे सिर्फ तो सिर्फ लीडर नूं चोके रखदे आ बस काम हुंदा वी पालछा मार के झूठी सच्ची सिफत करके अपनी बल्ले बल्ले कराओ मैं तो वी वेख्या हुण ते चलो जमाना इंटरनेट दा आ गया फेसबुक दा आ गया जिहनूं कोई ना जाने पिंड दे जिहनूं मकाने वी कोई ना खड़दा उह वी लागे बने लीडर दी रैली च जाऊ जाके भावें पुछे पाणी लीडर नूं कैमरा उन्हें अपने सज्जन बेली नूं फड़ाया हुंदा किसे नूं वी जदों मैं लागे कन्न च बोलिया ना जाके उदों फोटो खिंचणी उह बस जाके उन्हें इन्हें पूछना भी पानी ठंडा पियोगे कोसा पियोगे फोटो खिंची गई अगले दिन फोटो फिर अखबार जाऊगी या सोशल मीडिया जाऊगी बहुत डूंगियां विचारां कीतियां गईयां पंथक मुद्दियां दे उत्ते बहस की गई मंत्री साहब दे नाल ते पुछया चाह पानी एहो जी दे करतूतां साडे बंदियां दीआं उह अपने आप नूं लीडर सन मैं इह गल स्टेज ते कहिंदा हो सकता उन्ना बादल ना माड़ा होवे उन्ना कैप्टन ना माड़ा होवे उन्ना भगवंत मान ना माड़ा होवे आ जिहड़े पिंडां च आपे ही कैप्टन बादल ते भगवंत मान बने फिरदे सब तों निकम्मे ही इह बंदे उह आपे ही बने फिरदे ना किसे ने बनाया ना किसे ने अगे लाया बजना सी इन्हां दे कोलों हुण जंडियाले वाला चौधरी उन्ना दे विचों उह कहिंदा नंबरदारा खावे सरकार दा ते यारियां सरकार दे बागियां ना कहिंदा की होया ਕਹਿੰਦਾ ਤੈਨੂੰ ਪਤਾ ਮੱਸਾ ਰੰਗੜ ਮਰ ਗਿਆ ਕਹਿੰਦਾ ਜੀ ਸੁਣਿਆ ਕਹਿੰਦਾ ਜੀ ਸੁਣਿਆ ਕਹਿੰਦਾ ਸੁਣਿਆ ਨਹੀਂ ਮੱਸਾ ਰੰਗੜ ਮਰ ਗਿਆ ਏ ਤੇ ਇਹ ਗੱਲ ਪੱਕੀ ਹੈ ਕਿ ਤੇਰੇ ਪਿੰਡ ਦੇ ਮਹਤਾਬ ਸਿੰਘ ਪੰਗੂ ਨੇ ਇਹਦਾ ਸਿਰ ਵੱਢਿਆ ਵਾ ਕਹਿੰਦਾ ਅੱਛਾ ਜਨਾਬ ਕਹਿੰਦਾ ਸਾਨੂੰ ਬਦਲਾ ਚਾਹੀਦਾ ਸਾਨੂੰ ਪਤਾ ਲੱਗਾ ਉਹਦਾ ਸੱਤਾਂ ਕੁ ਸਾਲਾਂ ਦਾ ਪੁੱਤ ਪਿੰਡ ਚ ਰਹਿੰਦਾ लिया उहदा बच्चा फड़ के हेठां सिर वढ के लै जांगे जां मार के चल जांगे असीं खून दा बंदा खून दे विचों लैणा नथे ने हथ जोड़ के आख्या जनाब नथा रब नूं मन्नण वाला सी कहिंदा जनाब सत्तां सालां दे बच्चे नूं की पता वी कतल करीदा किद्दां उहनूं की पता बंदे दा सिर किद्दां वढीदा हां महताब सिंह मेरे पिंड दा इह गल पक्की है पर जनाब बच्चे नूं कुछ ना कहो मैं वादा करदा जिद्दन कदे महताब सिंह पिंड आया ते मैं खुद उहनूं फड़ाऊंगा बच्चे नूं जान दे जंडियाले वाला चौधरी लागू कहिंदा हुण तूं दसेंगा अफसरां नूं भी काम किद्दां करना ते किद्दां नहीं करना जा बच्चा घरों चुक के लिया फौजदार कहिंदा छेती जा बच्चा लेके आ हुण नथा नंबरदार पिंड दी साथ विचों तुर पिया तुरिया जांदा है ते मगरों जंडियाले वाले चौधरी ने फौजदार नूं आख्या फौजदार जी आ जिहड़े नथे नंबरदार नूं घल्लिया जे ना उहदा पुत लिआउण वास्ते तुहानूं बिजली कुंडी दा नहीं जे पता ये महताब सिंह पंगू दा पग वट भरा बणिया जे
ਇਹ ਯਾਰ ਬਣੇ ਆ ਦੋਵੇਂ ਤੇ ਯਾਰ ਮਾਰ ਕਰੂਗਾ ਕਿ ਪੁੱਤ ਲੈ ਕੇ ਆਊਗਾ ਜਾਂ ਭਜਾਊਗਾ ਉਹ ਕਹਿੰਦਾ ਲੈ ਕੇ ਆਊਗਾ ਇਹਨੇ ਜੇ ਨੱਥਾ ਨੰਬਰਦਾਰ ਤੁਰਿਆ ਜਾਵੇ ਤੇ ਨੱਥੇ ਨੰਬਰਦਾਰ ਦੇ ਮਨ ਚ ਬੜੇ ਵਿਚਾਰ ਆਉਣ ਉਹਨੇ ਆਖਿਆ ਨੱਥਿਆ ਅੱਜ ਫਸਿਆ ਇੱਕ ਬੰਨੇ ਯਾਰੀ ਇੱਕ ਬੰਨੇ ਨੰਬਰਦਾਰ ਜੇ ਯਾਰੀ ਬਚਾਉਣਾ ਹੈ ਕੱਲੀ ਨੰਬਰਦਾਰੀ ਨਹੀਂ ਜਾਣੀ ਘਾਣ ਬੱਚਾ ਪੀੜ ਕੇ ਮਾਰ ਦੇਣਾ ਅਗਲਿਆਂ ਨੇ ਤੇ ਜੇ ਨੰਬਰਦਾਰੀ ਬਚਾਲੀ ਯਾਰ ਮਾਰ ਕਰ ਦਿੱਤੀ ਤੇ ਰਹਿੰਦੀ ਦੁਨੀਆਂ ਤੱਕ ਜਿੱਥੇ ਲੋਕਾਂ ਨੇ ਮੱਸੇ ਰੰਗੜ ਦਾ ਨਾਂ ਲਿਆ ਕਰਨਾ ਤੇਰਾ ਬਰਾਬਰ ਦਾ ਲਿਆ ਕਰਨਾ ਵੀ ਯਾਰ ਮਾਰ ਕੀਤੀ ਹੀ ਮਹਿਤਾਬ ਸਿੰਘ ਭੰਗੂ ਤੇ ਨੱਥਾ ਨੰਬਰਦਾਰ ਇੱਕੋ ਜਿਹੇ ਜਵਾਨ ਸੀ ਦਰਬਾਰ ਸਾਹਿਬ ਦੇ ਸਰੋਵਰ ਚ ਉਹਨਾਂ ਖਲੋ ਕੇ ਇੱਕ ਦੂਜੇ ਨਾਲ ਪੱਗ ਵਟਾਈ ਇੱਕ ਬਿਨੇ ਹੋਰ ਕਰਦਿਆਂ ਪੱਗ ਦਾ ਮੁੱਲ ਕੋਈ ਨਹੀਂ ਪੱਗ ਸਿੱਖ ਦੀ ਜ਼ਿੰਦਗੀ ਦਾ ਤਾਜ ਪੱਗ ਸਾਡਾ ਮਾਣ ਆ ਪੱਗ ਸਾਡਾ ਪ੍ਰਾਈਡ ਆ ਪਤਾ ਨਹੀਂ ਕੀ ਹੋਇਆ ਜਾਂ ਪੱਗਾਂ ਭਾਰੀਆਂ ਹੋ ਗਈਆਂ ਜਾਂ ਧੌਣਾ ਮਾੜੀਆਂ ਹੋ ਗਈਆਂ ਸਾਡੇ ਸਿਰਾਂ ਤੋਂ ਪੱਗਾਂ ਚੱਲ ਜਾ ਰਹੀਆਂ ਪੱਗਾਂ ਜ਼ਰੂਰ ਬੰਨਿਆ ਕਰੋ ਸਰਦਾਰੀ ਹੈ ਸਰਦਾਰੀ ਦਾ ਅਹਿਸਾਸ ਜਿੱਦਣ ਸ਼ੀਸ਼ੇ ਸਾਹਮਣੇ ਖਲੋ ਕੇ ਕਰੋਗੇ ਨਾ ਉਦਣ ਪਤਾ ਲੱਗੂ ਵੀ ਸਰਦਾਰੀ ਕਿੱਦਾਂ ਸਾਡੇ ਵੱਡਿਆਂ ਨੇ ਲਈ ਸੀ ਜਦੋਂ ਪੱਗ ਦੇ ਪੇਚ ਕੱਲਾ ਕੱਲਾ ਕਰਕੇ ਚਿਣਦੇ ਜੇ ਨਾ ਤੇ ਇੱਕ ਚੀਜ਼ ਰੱਖਿਆ ਕਰੋ ਕਿ ਮੈਂ ਪੱਗ ਦੇ ਪੇਚ ਨਹੀਂ ਚਿਣ ਰਿਹਾ ਜਿੱਦਾਂ ਮੈਂ ਕੱਲਾ ਕੱਲਾ ਪੇਚ ਚਿਣ ਕੇ ਲਿਆਂਦਾ ਵਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰੇ ਪੁੱਤ ਏਦਾਂ ਨੀਹਾਂ ਦੇ ਵਿੱਚ ਚਿਣੇ ਗਏ ਸੀ ਤੇ ਮੇਰੇ ਪੱਗ ਦੇ ਪੇਚ ਤਦ ਚਿਣੇ ਚੱਲੇ ਜੇ ਉਹ ਦੀਆਂ ਦੀਵਾਰਾਂ 'ਚ ਨਾ ਖਲੋਂਦੇ ਸਾਡੀਆਂ ਪੱਗਾਂ ਕਿੰਨੇ ਸਾਡੇ ਸਿਰਾਂ 'ਤੇ ਰਹਿਣ ਗਈਆਂ ਨੱਥੇ ਨੰਬਰਦਾਰ ਨੇ ਮਨ ਚ ਖਲੋ ਕੇ ਸੋਚਿਆ ਮਨਾ ਇੱਕ ਬੰਨੇ ਯਾਰੀ ਇੱਕ ਬੰਨੇ ਨੰਬਰਦਾਰੀ ਫਿਰ ਸੋਚਦਾ ਮਨਾ ਪੈਸਾ ਤੇ ਹੱਥਾਂ ਦੀ ਮੈਲ ਆਊਗਾ ਜਾਊਗਾ ਪਰ ਨਾ ਉਹਨਾਂ ਦਾ ਰਹਿਣਾ ਜਿਨ੍ਹਾਂ ਨੇ ਕੁਝ ਕੀਤਾ ਹੋਇਆ ਦੁਨੀਆਂ ਤੇ ਬੰਦੇ ਦੀ ਸਰਦਾਰੀ ਉਦਣ ਜਿੱਦਣ ਬੰਦਾ ਦੁਨੀਆਂ ਤੋਂ ਚਲਾ ਜਾਵੇ ਉਹਦੇ ਮਗਰ ਕਿੰਨੇ ਗਏ ਸੀ ਜਿੰਨਾ ਚਿਰ ਉਹ ਜਿਉਂਦਾ ਸੀ ਛਿੱਤਰ ਦੇ ਜ਼ੋਰ ਨਾਲ ਨੇ ਸਾਰੇ ਇਕੱਠੇ ਕਰਕੇ ਰੱਖੇ ਕਰਤੂਤਾਂ ਦਾ ਤੇ ਪਤਾ ਹੀ ਮਰਨ ਤੋਂ ਪਤਾ ਲੱਗਦਾ ਬੰਦੇ ਉਹਦੀ ਸਰਦਾਰੀ ਉਹਦੀ ਜਾਇਦਾਦ ਉਹਦੀ ਦੌਲਤ ਕੀ ਆ ਉਹ ਚਲਾ ਜਾਵੇ ਫਿਰ ਪਤਾ ਲੱਗਦਾ ਵੀ ਵਾਕਈ ਘਾਟਾ ਕਿਸੇ ਨੂੰ ਪਿਆ ਕਿ ਨਹੀਂ ਪਿਆ ਕਈ ਕਹਿੰਦੇ ਸੌਖੇ ਹੋਏ ਬੋਝ ਚੁੱਕਿਆ ਗਿਆ ਉਹ ਕਾਹਦੀ ਨੰਬਰਦਾਰੀ ਉਹ ਭਾਵੇਂ 100 ਕਰੋੜ ਰੁਪਏ ਦੀ ਗੱਡੀ 'ਚ ਚੜਿਆ ਫਿਰੇ ਹਰ ਰੋਜ਼ ਘਾਟਾ ਮਹਿਸੂਸ ਹੋਵੇ ਨੱਥੇ ਨੰਬਰਦਾਰ ਨੇ ਆਪਣੇ ਮਨ ਨੂੰ ਆਵਾਜ਼ ਮਾਰ ਕੇ ਆਖਿਆ ਨੱਥਿਆ ਜੇ ਯਾਰ ਮਾਰ ਕਰਕੇ ਤੇ ਲੋਕੀ ਲਾਣ ਤਾਂ ਪਾਇਆ ਕਰਨਗੇ ਕਿਸੇ ਨੇ ਚੇਤੇ ਨਹੀਂ ਰੱਖਣਾ ਫਿਰ ਸੋਚਦਾ ਵੀ ਯਾਰੀ ਤੇ ਗਈ ਦੇਖੋ ਯਾਰ ਮਾਰ ਉਹ ਕਰ ਵੀ ਜਾਂਦਾ ਮਹਿਤਾਬ ਸਿੰਘ ਭੰਗੂਗੜਾ ਸਿਰ ਤੇ ਬੈਠਾ ਸੀ ਉਹਦੇ ਤੇ ਇੱਕ ਚੀਜ਼ ਆ ਸਮਝਣ ਦਾ ਯਤਨ ਕਰਿਓ ਮਹਿਤਾਬ ਸਿੰਘ ਭੰਗੂ ਨੇ ਉਹਦੇ ਨਾਲ ਪੱਗ ਵਟਾਈ ਤੇ ਜਿੱਦਣ ਮਹਿਤਾਬ ਸਿੰਘ ਨੇ ਪਿੰਡ ਛੱਡਿਆ ਉਦਣ ਆਪਣੇ ਪੁੱਤ ਦੀ ਬਾਂਹ ਨੱਥੇ ਨੂੰ ਫੜਾ ਕੇ ਗਿਆ ਸੀ ਕਿ ਮੇਰੇ ਪੁੱਤ ਦੀ ਲਾਜਪਤ ਰੱਖਣੀ ਔਖੇ ਟਾਈਮ ਦੇ ਉੱਤੇ ਹੁਣ ਨੱਥੇ ਨੂੰ ਉਹ ਦਿਨ ਚੇਤੇ ਆਉਂਦਾ ਕਿ ਜਿੱਦਣ ਪੱਗ ਵਟਾਈ ਜਿੱਦਣ ਜਾਰੀ ਨਿਭਾਈ ਉਦਣ ਉਹਦੇ ਪੁੱਤ ਦੀ ਬਾਂਹ ਫੜੀ ਸੀ ਜੇ ਅੱਜ ਨੰਬਰਦਾਰੀ ਵਾਸਤੇ ਯਾਰ ਮਾਰ ਕਰਦਿਆਂ ਯਾਰ ਦਾ ਪੁੱਤ ਮਰਵਾ ਦਿਆਂ ਤੇ ਮੈਨੂੰ ਤਾਂ ਨਰਕਾਂ 'ਚ ਵੀ ਥਾਂ ਨਹੀਂ ਦੇਣੀ ਲੱਭਣੀ ਮੈਨੂੰ ਤਾਂ ਨਰਕਾਂ ਦੇ ਵਿੱਚ ਵੀ ਢੋਈ ਨਹੀਂ ਮਿਲਣੀ ਮੈਨੂੰ ਨਰਕਾਂ ਦੇ ਵਿੱਚ ਵੀ ਕਿਸੇ ਬੰਦੇ ਨੇ ਨਹੀਂ ਰੱਖਣਾ ਇਸ ਕਰਕੇ ਸਿਆਣੇ ਕਹਿੰਦੇ ਯਾਰ ਹਥਿਆਰ ਦੋਵੇਂ ਪਰਖ ਕੇ ਰੱਖੋ ਤੁਰੇ ਜਾਂਦੇ ਨਾ ਕਦੀ ਯਾਰੀ ਨਾ ਲਾਓ ਹਥਿਆਰ ਹੋਵੇ 50 ਲੱਖ ਦਾ ਲੋੜ ਪੈਣ ਤੇ ਚਲੇ ਜਾ ਚੁੱਲ੍ਹੇ 'ਚ ਡਾਉਣਾ ਯਾਰ ਜਿਹੜੇ ਰੋਜ਼ ਪੈਰ ਮਿੱਧਦੇ ਫਿਰਨ ਤੇਰੇ ਅਰਗਾ ਕੋਈ ਨਹੀਂ ਤੇਰੇ ਅਰਗਾ ਜਿੱਦਾਂ ਲੋੜ ਪਈ ਉਦੋਂ ਆਪਣਾ ਪਰਛਾਵਾਂ ਵੀ ਬੰਦੇ ਦਾ ਵੈਰੀ ਹੋ ਜਾਂਦਾ ਜੇ ਬੇਈਮਾਨੀ ਜਹਾਨ ਤੇ ਜ਼ੋਰ ਪਾ ਗਈ ਬੇਈਮਾਨੀ ਜਹਾਨ ਤੇ ਜ਼ੋਰ ਪਾ ਗਈ ਵੀਰ ਵੀਰਾਂ ਨਾਲ ਤਗਾ ਕਮਾ ਜਾਂਦੇ ਉੱਤੋਂ ਮਿੱਠੀਆਂ ਮਿੱਠੀਆਂ ਕਰਨ ਗੱਲਾਂ ਵਿੱਚੋਂ ਡੂੰਘੀਆਂ ਨਸ਼ਤਰ ਹਾਲਾ ਜਾਂਦੇ ਪਹਿਲਾਂ ਪੱਗ ਵਟਾਵਦੇ ਬੈਠ ਕੋਲੇ ਹੋ ਪਹਿਲਾਂ ਪੱਗ ਵਟਾਵਦੇ ਬੈਠ ਕੋਲੇ ਲੋੜ ਪੈਣ ਤੇ ਕੰਡ ਵਿਖਾ ਜਾਂਦੇ ਬੁੱਲੇ ਸ਼ਾਹ ਜੇ ਰੱਬ ਨਾ ਰਹੇ ਲੁੱਕ ਕੇ ਆ ਲੋਕੀ ਰੱਬ ਨੂੰ ਵੇਚ ਕੇ ਖਾ ਜਾਂਦੇ
यार एक बनाओ पर नस्ली बनाओ ते असली बनाओ खाऊ यार ना होवे तुहाडा। मैं गल इस करके कर रहा कि अज दे युग अंदर यारी दी आड़ अंदर जिन्ना ज्यादा कान होया साडा भावे साडा गुरु दे प्रति सी भावे धर्म दे प्रति सी उन्ना किते कान नहीं होया। वफादारी एक चीज है। नथे ने अपने मन नाल फैसला किया नथिया वेखी जाऊ पुत बचाईए किसे दा नंबरदारियां हुंदियां रहिंदियां जांदियां रहिंदियां आ हुंदा बंदे दा असूल। हुण कई लोकी ना सारी उम्र एक गल कहिंदे जिन्हां ने सारी उम्र कोई जॉब कीती होवे जां कोई अफसरी कीती होवे ना असीं ते रुपया नहीं खादा सारी उम्र। ठीक है भाई तुसीं नहीं खादा पर इह वी गल पक्की है तुहाडा दा कदी नहीं लगा स्वाद ता दा लगदा होवे ते बंदा उदण कुछ ना खावे। हुण कहणो ते मैं वी कही जाऊं पिंड दी ग्रांड चों एक रुपया नहीं खादा लिहाज नहीं तूं लैणा तेरा दा ही नहीं लगा स्वाद ताजा तेरा दा लगता हुंदा वी नाली चो भी खा जा छप्पड़ चो भी खा जा ग्राउंड चो भी खा जा तेरा दा ही नहीं लगा। हुण तू जो मर्जी आ मौका पूरा होवे बंदा उदन भी पासा वट के नंगे मर्द की पछाण ही उदन है भी दा भी पूरा होवे तां भी आखे भी असूल असूल ही आ। हुण जिन्हां दा दा ही कदी नहीं लगा वो भी मुछां नूं ता देई फिरदे। नथे ने बचा चुके अपने घर लै आंदा सामने नथे दा पुत ते भाणजा कट्ठे खलोते हे दोवें जाने कट्ठे बोल पे कहिंदे की कर लगा बापू कहिंदा फैसला कर लिया नंबरदारी दी केड़ी गल है पर यारी नहीं बार बार मिलदी यार रब वर्गा हुंदा है यार सज्जन वर्गा हुंदा यारां दे नाल फिर पैसे धेले दी परवाह थोड़ा 5500 जावे 3100 जावे 10000 जावे 11000 जावे फिर एक आवाज आवे फिर जान तली दे उत्ते रख के जावे यारी आ सज्जन ताई आ ये थोड़ा भी समझदारी च भी सौदेबाजी होवे। नथे वल वेख के नथे दा पुत ते भाणजा कहिंदे बापू तू कल्ला नहीं आ अहीं दोवें तेरे नाल ही बच्चा बचावां। सरदार सी ओह मगरी कदे आ गया उन्हें बूहे च खलो के आवाज मार के आखा सरदारा तीन पीढ़ियां हुंदे हो गईआं सदे पत्तर दिंदिआं मर चलिआ किसे ने नां नहीं लैणा ਆਉਂਦਿਆਂ ਮਰ ਜਾਣਾ ਕਿਸੇ ਨੇ ਨਾਂ ਲੈਣਾ ਤੈਨੂੰ ਯਾਰੀ ਨਿਭਾ ਕੇ ਵਿਖਾਵਾਂਗੇ ਬੰਦੇ ਚਾਰ ਨਹੀਂ ਬੰਦੇ ਆਪਾਂ ਪੰਜ ਹੀ ਤੁਰ ਕੇ ਵੇਖੀਏ ਇੱਕ ਵਾਰ। ਇਸ ਤੋਂ ਇੱਕ ਚੀਜ਼ ਦੀ ਸਿੱਖ ਪਿੰਡ ਚ ਭਲੇ ਦਾ ਕੰਮ ਕਰਨਾ ਹੋਵੇ ਨਾ ਬਹੁਤੇ ਲੱਤਾਂ ਖਿੱਚਣ ਵਾਲੇ ਤੁਹਾਡੇ ਸਵੇਰੇ ਤੁਰ ਪੈਣਗੇ ਨਾਲ ਉਹ ਛੱਡੋ ਠਾਂ ਤੁਸੀਂ ਨਵਾਂ ਕੰਮ ਸ਼ੁਰੂ ਕਰ ਲਿਆ ਬੰਦੇ ਚਾਰ ਪੰਜ ਹੀ ਨਿੱਤਰਦੇ ਹੁੰਦੇ ਆ ਤੇ ਬੰਦਾ ਇਹ ਆਖੇ ਨਾ ਕਈ ਵਾਰੀ ਲੋਕੀ ਕਹਿ ਦਿੰਦੇ ਤੁਰਤੇ ਪਏ ਹਾਂ ਤੁਰਿਆ ਹੀ ਕੋਈ ਨੀ ਇਹ ਨਹੀਂ ਤੁਰਨਾ ਭਾਈ ਨਥੇ ਦੇ ਨਾਲ ਨਥੇ ਦਾ ਪੁੱਤ ਭਾਣਜਾ ਤੁਰੇ ਬਾਕੀ ਕੌਣ ਹੀ ਤੁਰ ਪਏ ਕੋਈ ਨਹੀਂ ਤੁਰਦਾ ਹੁੰਦਾ ਇਹ ਆਸ ਲਾ ਕੇ ਤੁਰਨਾ ਚਾਹੀਦਾ। ਹਾਂ ਸਮਾਗਮ ਕਰਾਉਣਾ ਹੋਵੇ ਤੇ 100-100 ਰੁਪਇਆ ਕਰਾਉਣਾ ਪੈਣਾ ਪ੍ਰਬੰਧਕਾਂ ਨੂੰ 500-500 ਕਰਾਉਣਾ ਪੈਣਾ ਉਹ ਵੀ 100 ਗੱਲਾਂ ਸੁਣਨੀਆਂ ਪੈਣੀਆਂ ਐਸੇ ਥਾਂ ਤੇ ਸਵੇਰੇ ਅਖਾੜਾ ਲਵਾ ਦਿਓ ਗਾਉਣ ਵਾਲੀ ਦਾ ਜੇ 51-52 ਹਜ਼ਾਰ ਰੁਪਇਆ ਐਡਵਾਂਸ ਨਾ ਆ ਗਿਆ ਤੇ ਮੈਨੂੰ ਦੱਸ ਦਿਓ ਇੱਥੇ ਤੇ ਉੱਠਣ ਨੂੰ ਭੱਜਣ ਨੂੰ ਫਿਰਨ ਦਾ ਇਹਨਾਂ ਵੀ ਲੈ ਕੰਮ ਨਿਬੇੜਨ ਤੇ ਫਿਰ ਬਹੁਤੇ ਉਹ ਦਿਨ ਵੀ ਛੇਤੀ ਕਰਨ ਦੇਖ ਲੈਣ ਵਾਲੀ ਹੋਈ ਠੰਡੀ ਨਾ ਹੋ ਜਾਏ ਕਿਤੇ ਚੱਲੀਏ ਕਈਆਂ ਪ੍ਰਸ਼ਾਦਾ 13-14 ਵੀ ਛਕਣਾ ਤੇ ਇੱਥੇ ਮੁੜ ਕੇ ਗਾਉਣ ਵਾਲੀ ਲਾ ਦਿਓ ਤੇ ਸਵੇਰ ਸ਼ਾਮ ਲਾਇਓ ਸ਼ਾਮਾਂ ਨੂੰ 6 ਵਜੇ ਤੇ ਇੰਨੀ ਗੱਲ ਕਹਿ ਦਿਓ ਵੀ ਐਂਟਰੀ ਸਵੇਰੇ 10 ਵਜੇ ਕਰਨੀ ਆ। ਅੱਜ ਜਿਹਨਾਂ ਦੇ ਬੀਪੀ ਵੱਧ ਜਾਂ ਸ਼ੂਗਰ ਵੱਧ ਜਾਂ ਗੋਡੇ ਗਿੱਟੇ ਪੀੜ ਹੁੰਦੇ ਸਵੇਰੇ 10 ਵਜੇ ਬਹਿਣਗੇ ਸ਼ਾਮਾਂ ਤੱਕ ਕਿਸੇ ਦਾ ਬੀਪੀ ਗੋਡਾ ਪੀੜ ਹੋ ਗਿਆ ਲੱਕ ਪੀੜ ਹੋ ਗਿਆ ਮੈਨੂੰ ਦੱਸ ਦਿਓ ਆ ਗਏ ਕਿਸੇ ਨੂੰ ਕੁਝ ਨਹੀਂ ਹੋਣਾ ਕੋਈ ਬੰਦਾ ਬਿਮਾਰ ਨਹੀਂ ਹੋਣਾ। ਚੰਗਾ ਕੰਮ ਕਰੋ ਭੀੜਾਂ ਨਹੀਂ ਕਦੀ ਲੱਭਣਗੀਆਂ ਬੰਦੇ 5-7 ਹੀ ਤੁਰਦੇ ਹੁੰਦੇ ਆ। ਹੁਣ ਨੱਥੇ ਦੇ ਕੋਲ ਇੱਕ ਸ੍ਰੀ ਸਾਹਿਬ ਆ ਇੱਕ ਤੀਰ ਕਮਾਣੇ ਉਹਦੇ ਪੁੱਤ ਦੇ ਕੋਲ ਉਹਦੇ ਭਾਣਜੇ ਦੇ ਕੋਲ ਇੱਕ ਇੱਕ ਨੇਜਾ ਮਜ਼ਬੀ ਸਿੰਘ ਦੇ ਕੋਲ ਸੋਟਾ ਤੇ ਚੌਂਕੀਦਾਰ ਕੋਲ ਸੋਟਾ ਇਹਨਾਂ ਕੰਧ ਟੱਪੀ ਦੇ ਖੇਤਾਂ 'ਚ ਭੱਜਦੇ ਵਾਰ ਮਗਰ ਚੜ ਗਈ ਵਾਰ ਨੂੰ ਪਤਾ ਲੱਗ ਗਿਆ ਵੀ ਬੰਦੇ ਭੱਜ ਗਏ ਅਜੇ ਕਿੱਲਾ ਕੇ ਗਏ। ਨੱਥੇ ਨੇ ਪਛਾਹ ਮੁੜ ਕੇ ਵੇਖਿਆ ਘੱਟਾ ਆਕਾਸ਼ ਨੂੰ ਉੱਡਦਾ ਆਵੇ ਤੇ ਆਵਾਜ਼ ਮਾਰ ਕੇ ਆਪਣੇ ਪੁੱਤ ਨੂੰ ਕਹਿੰਦਾ ਪੁੱਤ ਕਿੱਲਾ ਭੱਜ ਲਾਂਗੇ 1.5 ਕਿੱਲਾ ਭੱਜ ਲਾਂਗੇ ਜ਼ਿਆਦਾ ਨਹੀਂ ਭੱਜਿਆ ਜਾਣਾ ਉਹ ਆ ਗਏ ਮਗਰ। ਉਹ ਕਹਿੰਦਾ ਫਿਰ ਨੱਥਾ ਕਹਿੰਦਾ ਪੁੱਤ ਖਲੋਈਏ ਮਰਦ ਦੇ ਬੱਚੇ ਆ ਭਾਈ ਦੇ ਚੰਗੇ ਲੱਗਦੇ ਆ ਖਲੋ ਕੇ ਲੜੀਏ ਤੇ ਜਿੰਨਾ ਚਿਰ ਲੜਦੇ ਆ ਉਹਨਾਂ ਚਿਰ ਸਾਡੇ ਹੁੰਦੇ ਆ ਬੱਚੇ ਦੀ ਵਾਹ ਵੱਲ ਨਹੀਂ ਕੋਈ ਵੇਖ ਸਕਦਾ ਹਾਂ ਮਰ ਗਏ ਇਹ ਜਾਣੇ ਤੇ ਦੀ ਕਿਸਮਤ ਜਾਣੇ ਗਏ ਕੱਚ ਲੜਾਈ ਹੋਈ ਇੱਕ ਬੰਨੇ 1000 ਬੰਦਾ ਇੱਕ ਬੰਨੇ 5 ਖਲੋਤੇ ਨੇ। ਨੱਥੇ ਦੇ ਚੱਲੇ ਹੋਏ ਤੀਰਾਂ ਨੇ ਮੈਦਾਨੇ ਜੰਗ 'ਚ ਅੱਗ ਲਾ ਕੇ ਰੱਖ ਦਿੱਤੀ। ਨੱਥੇ ਦਾ ਮਜ਼ਬੀ ਸਿੰਘ ਲੜਕੇ ਸ਼ਹੀਦ ਹੋ ਗਿਆ ਚੌਂਕੀਦਾਰ ਲੜਕੇ ਸ਼ਹੀਦ ਹੋ ਗਿਆ ਭਾਣਜਾ ਮੈਦਾਨੇ ਜੰਗ ਛੱਡ ਕੇ ਭੱਜ ਗਿਆ।
पुत लड़के शहीद हो गया, हुण बंदे चार चले गए, कल्ला रह गया नथा नंबरदार। नथे ने अपनी कमान चुक के वट दे उत्ते रखी, ते जो पछां मुड़ के वेख्या ते सत्तां क सालां दा राय सिंह जिहड़ा बच्चा लिखे जांदा है ना मताब सिंह दा, उन्हें पत्थे चो तीर कढ के आख्या ताया आ फड़ तीर, मैं लड़न जोगा तो नहीं हैगा पर पत्थे चो तीर कढ कढ के मैं फड़ाऊंगा। नथे दा गच भरिया गया, कहिंदा वाह मर्द दिया बच्चा तेरा प्यो भी इन्ना ही अड़िया लिया, तू भी उहदे ते गया, उह भी नहीं मन्नदा हुंदा किसे दी। हुण नथे नंबरदार दे चले तीरां ने लाई अग, किल्लियां दे हिसाब नाल दुश्मन पछां हटिया, पर ऐन मौके ते आके किस्मत ने दगा दिता, नथे दे कमान दी तंदी टुट गई जिहदे ते खिच खिच के तीर चलाउंदा सी। जदों तंदी टुट गई नथे ने पछां मुड़ के वेख्या, आख्या पुत हुण पैणा है घेरा, तंदी टुट गई आ, हुण आमो सामने लड़ाई होवेगी, तेरा ताया कल्ला ही अपने ताए दीआं लत्तां दे मगर रवी, जिन्ना चिर तेरा ताया जीवदा है उन्ना चिर पुत तेरी वाह वल कोई नहीं वेख सकदा। आधे पंजां दहां सालां दी खेड बणी आ, चाचे ताए दे पुत भरा वी शरीके बण गए, बने ने अं आप ही बना ले अं, क्योंकि न्याणे दे जमदे ही दिमाग च गल पा दी चाचे दा पुत शरीका ही, अशरीक ही साडे। अच्छा बीबियां बैठियां, कदी किसे ने मामे दे पुत नूं शरीका आख्या अपने न्याणे नूं, कदी आख्या मामे दा मुंडा वी शरीका हुंदा ही, कदी किसे ने मासी दे पुत नूं शरीका, चाचे दा पुत शरीका, ताए दा पुत शरीका, भूआ दा पुत शरीका, मामे दा पुत ना ना, इह बड़ा चंगा ही मासी दा पुत, उह भावें सब तों जहर चुक्की फिरदा होवे। वेख गल कुदरती आ, बंदे दा अंदर नहीं को पढ़ सकदा, जो तुसीं न्याणे नूं पढ़ा दिता न्याणा उहो ही आ जिहनूं अहीं चाचे ताए मां बाप दी थां होया करदे आ। समझण वाला समझे ते अगला भी समझे, अगला भी समझे, इह रिश्ता ही इदां दा है। नथे ने बच्चे नूं पछां करके आख्या पुत तेरा ताया जिंदा है, ते ताए दे हुंदिआं कोई तैनूं हथ ला जे, तेरा प्यो लागे नहीं हैगा पर ताया है, तेनू हाथ नहीं ला सकता। हुण कमान चलनी नहीं, तीर चलने नहीं, बच्चा पिछे आ गया। नथा नंबरदार ने अपनी श्री साहब बेमियान कीती, उहने आउंदे दुश्मन नू मारिया ललकारा, कहिंदा बहादुरो तगड़े होके आयो, मैं यारी बचाउणी आ, नंबरदारी नू लत मारदा हां। सुनो सा संगत, नथे नंबरदार दी टुटी कमान दी तंदी उहने धूके श्री साहब लहरा के आकाश अंदर पा के मथे ते गैरत दी त्यूड़ी, वटाई होई पग ते फड़ी होई बांह दी लाज जिवें नभाई आ, वार दे शब्दां च ढाडी जथी We'll be right back.
ਢੰਗੇ ਸੁਰਜੀਤ ਨਾ ਸੁਜੀਵਣੀ ਆ ਚਲੇ ਢੰਗੇ ਉਹਦੇ ਨਾਗਾ ਇੱਕ ਵਾਰ ਤੰਦੀ ਅੱਧ ਵਿੱਚੋਂ ਟੁੱਟ ਗਈ ਕਮਾਲ ਦੀ ਤੰਦੀ ਅੱਧ ਵਿੱਚੋਂ ਟੁੱਟ ਗਈ ਕਮਾਲ ਦੀ ਆ ਦਿੱਤੀ ਲੇਖਾਂ ਇੱਕ ਵੇਲੇ ਆ ਕੇ ਹਾਰ ਹੈ ਪਰ ਹੌਸਲਾ ਨਾ ਹਾਰਿਆ ਤੇ ਨੇ ਹੈ ਪਰ ਹੌਸਲਾ ਨਾ ਹਾਰਿਆ ਤੇ ਨੇ ਆ ਧੂਲੀ ਦੇਖ ਕੇ ਕੇ ਸੱਤ ਕਰਤਾਰ ਫੇਰ ਹੱਥੋ ਹੱਥੀ ਢਾਣੀਆਂ ਜੁੱਟੀਆਂ ਫੇਰ ਹੱਥੋ ਹੱਥੀ ਢਾਣੀਆਂ ਜੁੱਟੀਆਂ ਖਾਦੇ ਸਿੰਧਿਆ ਜਿਉਂ ਮੌਸਮ ਵਿਵਾਰ ਅੰਤ ਪਾ ਗਿਆ ਸ਼ਹੀਦੀ ਸੂਰਮਾ ਅੰਤ ਪਾ ਗਿਆ ਸ਼ਹੀਦੀ ਸੂਰਮਾ ਇੱਕ ਵਾਰ ਸਾਰੀ ਸੰਗਤ ਸੀਸ ਚੁਕਾ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਨਥਾ ਨੰਬਰਦਾਰ ਲੜ ਕੇ ਸ਼ਹੀਦ ਹੋਇਆ ਬੱਚਾ ਇਕੱਲਾ ਰਹਿ ਗਿਆ ਪਠਾਨ ਨੇ ਘੋੜਾ ਭਜਾਇਆ ਤਲਵਾਰ ਦਾ ਭਰਵਾਂ ਵਾਰ ਕੀਤਾ ਗਰਦਨ ਤੇ ਵਾਰ ਹੋਇਆ ਨੇ ਤਲਵਾਰ ਵਾਪਸ ਖਿੱਚੀ ਅੱਲਾਹੂ ਅਕਬਰ ਕਿਹਾ ਖੂਨ ਦੇ ਛੱਪੜ ਵਗੇ ਤੇ ਉਹਨੇ ਤਲਵਾਰ ਉੱਚੀ ਕਰਕੇ ਆਖਿਆ ਬਦਲਾ ਲੈ ਲਿਆ ਬੱਚਾ ਮਾਰ ਦਿੱਤਾ ਹੈ ਤਲਵਾਰ ਲਿਬੜੀਏ ਲਹੂ ਦੇ ਨਾਲ ਦੁਸ਼ਮਣ ਚਲਾ ਗਿਆ ਸਾਰਿਆਂ ਨੂੰ ਮਾਰ ਦਿੱਤਾ ਬੱਚਾ ਖਤਮ ਕਰਕੇ ਚਲੇ ਗਏ ਪਰ ਜਿਸਦਾ ਸਾਹਿਬ ਡਾਢਾ ਹੋਏ ਤੇ ਉਸਨੂੰ ਮਾਰ ਨਾ ਸਕੇ ਕੋਈ ਬੱਚੇ ਦੀ ਸਾਰ ਰਗ ਬਚ ਗਈ ਬਾਕੀ ਉਹਦੀ ਗਰਦਨ ਕੱਟੀ ਜਾ ਚੁੱਕੀ ਸੀ ਖੂਨ ਵਗ ਗਿਆ ਪਰ ਬੱਚੇ ਦਾ ਸਾਹ ਕੋਈ ਕੋਈ ਚੱਲਦਾ ਸੀ ਇਹਨੇ ਜਦੋਂ ਉੱਥੋਂ ਕੰਬੋ ਮਾਲਣ ਲੰਘੀ ਉਹਨੇ ਬੰਦੇ ਮਰੇ ਵੇਖ ਨੂੰ ਸਮਝ ਗਈ ਵੀ ਇੱਥੇ ਲੜਾਈ ਹੋਈ ਆ ਔਰ ਉਹਨੇ ਮਰੇ ਹੋਏ ਬੰਦਿਆਂ ਵਿੱਚ ਇੱਕ ਬੱਚਾ ਸਹਿਕ ਦਾ ਵੇਖਿਆ ਤੇ ਬੱਚੇ ਨੂੰ ਨੇੜੇ ਜਾ ਕੇ ਪਛਾਣਿਆ ਵੀ ਇਹ ਤੇ ਮਹਤਾਬ ਸਿੰਘ ਦਾ ਪੋਤਿਆ ਤੇ ਬੱਚਾ ਸਹਿਕ ਦਾ ਉਹਨੇ ਚੁੱਕਿਆ ਬੱਚਾ ਤੇ ਬੱਚੇ ਦੀ ਮਾਸੀ ਦਾ ਪਿੰਡ ਲਾਗੇ ਆ ਰਡਾਲਾ ਉਹਨੇ ਉਸ ਪਿੰਡ ਬੱਚੇ ਨੂੰ ਪਹੁੰਚਾ ਦਿੱਤਾ ਦੇਖੋ ਕਿਸਮਤ ਕਿੱਦਾਂ ਬਦਲਦੀ ਹੈ ਬੱਚੇ ਦਾ ਮਲਮ ਪੱਟੀ ਹੋਇਆ ਬੱਚਾ ਅੱਜ ਹੋਰ ਕੱਲ ਹੋਰ ਕੱਲ ਹੋਰ ਬੱਚਾ ਜਵਾਨ ਹੋ ਗਿਆ ਜਿਹਨੂੰ ਮਾਰ ਕੇ ਗਏ ਉਹ ਬੱਚਾ ਬਚ ਗਿਆ ਇਸ ਰਾਏ ਸਿੰਘ ਦਾ ਵਿਆਹ ਹੋਇਆ ਬਾਬਾ ਸ਼ਾਮ ਸਿੰਘ ਨਾਰਲੇ ਦੀ ਧੀ ਦੇ ਨਾਲ ਇਹਨਾਂ ਦੇ ਘਰ ਇੱਕ ਬੱਚੇ ਨੇ ਜਨਮ ਲਿਆ ਜਿਹਦਾ ਨਾਂ ਰੱਖਿਆ ਜਾਂਦਾ ਰਤਨ ਸਿੰਘ ਜਿਹਨੇ ਪ੍ਰਾਚੀਨ ਪੰਥ ਪ੍ਰਕਾਸ਼ ਨਾਂ ਦਾ ਗ੍ਰੰਥ ਲਿਖਿਆ ਫਿਰ ਇਹ ਟੱਬਰ ਮੀਰਾਂ ਕੋਟ ਤੋਂ ਉੱਠਿਆ ਔਰ ਰਾਮ ਤੀਰਥ ਲੋਪੋ ਕੇ ਚਗਾਵੇਂ ਦੇ ਲਾਗੇ ਰਾਮ ਤੀਰਥ ਦੇ ਬਿਲਕੁਲ ਨੇੜੇ ਇੱਕ ਪਿੰਡ ਆ ਖਿਆਲਾ ਇਹਨਾਂ ਨੇ ਖਿਆਲਾ ਪਿੰਡ ਵਸਾਇਆ ਤੇ ਖਿਆਲੇ ਪਿੰਡ ਵਿੱਚ ਇਸੇ ਪਰਿਵਾਰ ਵਿੱਚ 20ਵੀਂ ਸਦੀ ਦਾ ਇੱਕ ਜਰਨੈਲ ਜਨਮ ਲੈਂਦਾ ਇਸੇ ਟੱਬਰ ਦੇ ਵਿੱਚ ਜਿਹੜਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੀ ਸੱਜੀ ਬਾਂਹ ਹੋਣ ਨਿਬੜਿਆ ਜਿਹਦਾ ਨਾਂ ਸੀ ਜਰਨਲ ਸ਼ਬੇਗ ਸਿੰਘ ਉਹ ਜਰਨਲ ਸ਼ਬੇਗ ਸਿੰਘ ਇਸੇ ਪਰਿਵਾਰ ਵਿੱਚੋਂ ਬਾਅਦ ਵਿੱਚ ਜਨਮ ਲੈਂਦਾ ਇਹ ਦਾਸਤਾਂ ਇਸ ਤਰੀਕੇ ਨਾਲ ਇੱਧਰ ਨੂੰ ਜੁੜਦੀ ਹੈ ਇੱਕ ਚੀਜ਼ ਇੱਥੋਂ ਸਿੱਖਣ ਨੂੰ ਮਿਲਦੀ ਮੈਂ ਸਮਾਪਤੀ ਕਰਨ ਲੱਗਾ ਮਹਿਤਾਬ ਸਿੰਘ ਸਰਦਾਰ ਹੈ ਨੱਥਾ ਮੁਸਲਮਾਨ ਆ ਨੱਥੇ ਦੇ ਨਾਲ ਲੜਨ ਵਾਲਾ ਜਿਹੜਾ ਚੌਂਕੀਦਾਰ ਆ ਉਹ ਹੋ ਰਿਹਾ ਨੱਥੇ ਦੇ ਨਾਲ ਮਜ਼ਬੀ ਸਿੰਘ ਵੀ ਲੜਿਆ ਦੇਖੋ ਕਿੰਨੇ ਲੋਕ ਲੜੇ ਤੇ ਫਿਰ ਜਬਰ ਜ਼ੁਲਮ ਦਾ ਮੁਕਾਬਲਾ ਕੀਤਾ ਇੱਥੋਂ ਇੱਕ ਚੀਜ਼ ਆ ਵੀ ਆਪਣਾ ਭਾਈਚਾਰਾ ਸਾਂਭ ਕੇ ਰੱਖੋ ਭਾਈਚਾਰਾ ਵੱਡਾ ਛੋਟਾ ਜਿੱਦਾਂ ਦਾ ਵੀ ਹੈਗਾ ਭਾਈਚਾਰਾ ਨਾ ਗਵਾਚਣ ਦਿਓ ਭਾਈ ਮਿੱਠੇ ਫਿੱਕੇ ਹੋ ਕੇ ਨਾ ਭਾਵੇਂ ਕੋਲੋਂ ਜੇਬ ਚੋਂ ਪੈਸੇ ਲਾਉਣੇ ਪੈ ਜਾਣ ਭਾਈਚਾਰਾ ਜਿਹਦਾ ਇੱਕ ਵਾਰੀ ਗਵਾਚ ਗਿਆ ਮੁੜ ਕੇ ਮੁੜਿਆ ਨਹੀਂ ਤੇ ਇਹ ਗੱਲ ਪੱਕੀ ਆ ਜਿਨ੍ਹਾਂ ਦਾ ਭਾਈਚਾਰਾ ਚਲਾ ਗਿਆ ਉਹ ਮੁੜ ਕੇ ਸਾਰੀ ਉਮਰ ਧੌਣ ਸੁੱਟ ਕੇ ਰੱਖੀ ਤੇ ਜਿਨ੍ਹਾਂ ਨੇ ਭਾਈਚਾਰਾ ਸਾਂਭ ਲਿਆ ਉਹ ਲੋਕ ਹਮੇਸ਼ਾ ਬਚੇ ਰਹੇ ਹੱਸਦੇ ਰਹੇ ਟੜਗੀਲੀ ਕਮੀ ਉਹੋ ਲੋਕ ਮਾਰਦੇ ਨਾਲ ਬੈਠੇ ਜਿਨ੍ਹਾਂ ਦਾ ਭਾਈਚਾਰਾ ਹੁੰਦਾ ਤੇ ਜਿਹਦਾ ਭਾਈਚਾਰਾ ਨਹੀਂ ਬਚਿਆ ਉਹਨਾਂ ਦੇ ਚਿਹਰੇ ਵੇਖਿਓ ਸਾਰਾ ਕੁਝ ਹੁੰਦਿਆਂ ਵੀ ਆਖਣਗੇ ਕੁਝ ਨਹੀਂ ਹੈਗਾ ਜਹੇਦਾਰ ਕਿਉਂ ਭਾਈਚਾਰਾ ਨਹੀਂ ਸੀ ਕੋਲ ਭਾਈਚਾਰਾ ਭਾਈ ਸਾਂਭ ਕੇ ਰੱਖੋ ਜੇਬ ਨਾ ਵੇਖਿਓ ਲਾ ਦਿਓ ਭਾਈਚਾਰੇ ਵਾਸਤੇ ਕਿਉਂਕਿ ਇਹ ਦਿਨ ਬਾਰ ਬਾਰ ਨਹੀਂ ਆਉਂਦੇ ਜ਼ਿੰਦਗੀ ਬਾਰ ਬਾਰ ਰੋ ਕੇ ਕਲਪ ਕੇ ਹੀ ਚਲੇ ਗਏ ਆਪਣੇ ਹੀ ਰੁੱਸ ਗਏ
ਤੇ ਫਿਰ ਜ਼ਿੰਦਗੀ ਜਿਉਣ ਦਾ ਵੀ ਕੀ ਫਾਇਦਾ? ਜ਼ਿੰਦਗੀ ਜਿਉਣੀ ਆ, ਕੱਟਣੀ ਨਹੀਂ। ਕੱਟਣ ਤੇ ਕੁੱਤੇ ਬਿੱਲੇ ਵੀ ਡਏ ਆ, ਜੇ ਬੰਦਾ ਵੀ ਜ਼ਿੰਦਗੀ ਕੱਟ ਕੇ ਚਲ ਗਿਆ ਫਿਰ ਫਾਇਦਾ ਕੋਈ ਨਹੀਂ। ਸਮੇਂ ਦੀ ਸਮਾਪਤੀ ਹੈ, ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫੀ। ਧੰਨਵਾਦ ਗੁਰੂ ਕੀ ਸਨਮਾਨਯੋਗ ਸੰਗਤ ਦਾ, ਸਮੁੱਚੀ ਪ੍ਰਬੰਧਕ ਕਮੇਟੀ ਦਾ।